ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਜਸਪ੍ਰੀਤ ਹਾਂ। ਮੈਂ ਪਿੰਡ ਢੋਲਣਵਾਲ ਵਿੱਚ ਰਹਿੰਦਾ ਹਾਂ। ਮੈਂ ਸਰਕਾਰੀ ਐਲੀਮੈਂਟ ਸਕੂਲ ਢੋਲਣਵਾਲ ਵਿੱਚ ਪੜ੍ਹਦਾ ਹਾਂ। ਮੈਂ ਉਸ ਸਕੂਲ ਵਿੱਚ 7ਵੀਂ ਕਲਾਸ ਵਿੱਚ ਪੜ੍ਹਦਾ ਹਾਂ। ਮੈਨੂੰ ਆਪਣੇ ਸਕੂਲ 'ਤੇ ਬਹੁਤ ਮਾਣ ਹੈ, ਕਿਉਂਕਿ ਮੇਰੇ ਸਕੂਲ ਦੇ ਵਿਦਿਆਰਥੀ ਨੇ ਮੈਨੂੰ ਬਹੁਤ ਸਪੋਰਟ ਕੀਤੀ। ਉਹਨੇ ਮੈਨੂੰ ਵੱਧ ਤੋਂ ਵੱਧ ਪੜ੍ਹਾਈ ਲਿਖਾਈ ਦੇ ਵਿੱਚ ਤਰੱਕੀਆਂ ਕਰਨ ਦੇ ਬਾਰੇ ਦੱਸਿਆ, ਕਿੱਦਾਂ ਤਰੱਕੀਆਂ ਕਰਨੀਆਂ, ਆਪ ਘਰਦਿਆਂ ਦਾ ਨਾਂ ਰੋਸ਼ਨ ਕਰਦਾ। ਮੈਨੂੰ ਬਚਪਨ ਤੋਂ ਹੀ ਡਾਂਸ ਦਾ ਬਹੁਤ ਸ਼ੌਂਕ ਸੀਗਾ। ਜਦੋਂ ਵੀ ਮੈਂ ਗਲੀ ਵਿੱਚੋਂ ਲੰਘਦਾ ਹੁੰਦਾ ਸੀਗਾ, ਕੋਈ ਨਾ ਕੋਈ ਗਾਣਾ ਗਾ ਕੇ ਨੱਚਣ ਲੱਗ ਪੈਣਾ। ਆਪਾਂ ਜੋ ਜਗਰਾਤੇ ਕਿਸੇ ਦੇ ਵੀ ਜਾਂਦੇ ਹੁੰਦੇ ਸੀ ਮਾਤਾ ਦੇ, ਉੱਥੇ ਤੋਂ ਗਾਣੇ ਲੱਗਦੇ ਸੀਗੇ। ਆਪਾਂ ਮੇਰੇ ਸਾਰੇ ਬੈਸਟ ਫਰੈਂਡ ਆਪਾਂ ਸਾਰੇ ਇਕੱਠੇ ਹੋ ਕੇ ਬਹੁਤ ਨੱਚਦੇ ਹੁੰਦੇ ਸੀਗੇ। ਅਸੀਂ ਖੁਸ਼ੀਆਂ ਨਾਲ ਹਮੇਸ਼ਾ ਨੱਚਦੇ ਹੁੰਦੇ ਸੀਗੇ। ਮੈਂ ਜਦੋਂ ਛੋਟਾ ਹੁੰਦਾ ਸੀਗਾ ਮੈਨੂੰ ਨੱਚਣ ਦਾ ਬਹੁਤ ਸ਼ੌਂਕ ਸੀਗਾ। ਜਦੋਂ ਮੈਂ ਹੌਲੀ ਹੌਲੀ ਵੱਡਾ ਹੋਇਆ, ਮੇਰੇ ਉਹਨਾਂ ਦੀ ਗਰੋਥ ਹੋਈ ਗਈ। ਮੈਨੂੰ ਇੱਕ ਦਿਨ ਐਸਾ ਚਾਰ ਚੜਿਆ, ਮੈਂ ਸ਼ੋਅ ਦੇਖਿਆ ਕਿ ਬਾਕੀ ਸਾਰੇ ਇਸ ਵਿੱਚ ਇੰਨੇ ਕਲਾਕਾਰ ਬੱਚੇ ਇਸ ਸ਼ੋਅ ਵਿੱਚ ਆ ਰਿਹਾ, ਅਤੇ ਮੈਂ ਵੀ ਹਾਂ ਕਿਉਂ ਨਾ ਵਾਂ। ਜਦ ਮੈਂ ਵੀ ਆਪਣਾ ਹੁਨਰ ਸਭ ਨੂੰ ਦਿਖਾਉਣਾ ਚਾਹੁੰਦਾ, ਇਸ ਕਰਕੇ ਮੈਂ ਆਪਣੇ ਮਾਤਾ ਪਿਤਾ ਜੀ ਨੂੰ ਦੱਸਿਆ ਕਿ ਤੁਸੀਂ ਮੈਂ ਉਸ ਸ਼ੋਅ ਵਿੱਚ ਜਾਣਾ ਹੈ, ਤੁਸੀਂ ਮੈਨੂੰ ਪੂਰੀ ਸਹਾਇਤਾ ਦਿਓ। ਮੇਰੇ ਮਾਤਾ ਪਿਤਾ ਜੀ ਨੇ ਮੈਨੂੰ ਪੂਰਾ ਸਪੋਰਟ ਦਿੱਤੀ ਕਿ ਮੈਂ ਤਰੱਕੀ ਕਰਾਂ। ਮੈਂ ਜਦੋਂ ਵੀ ਬਚਪਨ ਤੋਂ ਹੋਇਆ, ਬਚਪਨ ਤੋਂ ਜਦੋਂ ਮੈਂ ਹੌਲੀ ਹੌਲੀ ਵੱਡਾ ਹੁੰਦਾ ਗਿਆ, ਮੇਰੇ ਪੇਰੈਂਟਸ ਨੇ ਪੂਰੀ ਸਪੋਰਟ ਦਿੱਤੀ ਆ। ਜੋ ਵੀ ਕੋਈ ਕੰਮ ਹੋਵੇ, ਚਾਹੇ ਪੜ੍ਹਾਈ ਦਾ ਲਿਖਾਈ ਦਾ ਹੋਵੇ, ਚਾਹੇ ਡਾਂਸ ਦਾ, ਕਿਸੇ ਵੀ ਚੀਜ਼ ਦਾ, ਮੇਰੀ ਪੂਰੀ ਸਪੋਰਟ ਦਿੰਦੇ ਹਨ। ਧੰਨਵਾਦ। ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ KKHD ਦੀ ਟੀਮ, ਡਾਇਰੈਕਟਰ ਪ੍ਰੋਡਿਊਸਰ ਵਰੁਣ ਮੱਸਲ ਜੀ ਦਾ, ਕਿ ਉਹਨਾਂ ਨੇ ਮੈਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਦਿੱਤਾ। ਧੰਨਵਾਦ ਜੀ। ਹਾਂਜੀ, ਮੇਰਾ ਨਾਮ ਰਵਿੰਦਰ ਪਾਲ, ਮੈਂ ਸਰਕਾਰੀ ਐਲੀਮੈਂਟਰੀ ਸਕੂਲ ਢੋਲਣਵਾਲ ਵਿਖੇ ETT ਅਧਿਆਪਕ ਵਜੋਂ ਪੜ੍ਹਾ ਰਿਹਾ ਹਾਂ। ਜਸਪ੍ਰੀਤ ਝੂਮਰ ਸਾਡੇ ਸਕੂਲ ਦੇ ਵਿੱਚ ਪਹਿਲੀ ਤੋਂ ਲੈ ਕੇ 5ਵੀਂ ਕਲਾਸ ਵਿੱਚ ਪੜ੍ਹਿਆ। ਇਹ ਬੱਚਾ ਬਹੁਤ ਹੀ ਹੋਣਹਾਰ ਰਿਹਾ, ਪੜ੍ਹਾਈ ਦੇ ਵਿੱਚ ਵੀ, ਚਿੱਤਰਕਲਾ ਦੇ ਵਿੱਚ ਵੀ, ਲਿਖਣ ਦੇ ਵਿੱਚ ਵੀ, ਕਵਿਤਾਵਾਂ, ਭੰਗੜੇ ਦੇ ਵਿੱਚ ਵੀ, ਅਤੇ ਜਿਹੜੇ ਵੀ ਸਾਡੇ ਸਕੂਲ ਦੇ ਵਿੱਚ ਮੁਕਾਬਲੇ ਹੁੰਦੇ ਸੀ ਉਹਨਾਂ ਦੇ ਵਿੱਚ ਵੀ ਹਮੇਸ਼ਾ ਫਸਟ ਰਿਹਾ, ਅਤੇ ਸੈਂਟਰ ਲੈਵਲ ਦੇ ਵੀ ਜਿਹੜੇ ਮੁਕਾਬਲੇ ਹੁੰਦੇ ਸੀ ਉਹਨਾਂ ਦੇ ਵਿੱਚ ਵੀ ਹਮੇਸ਼ਾ ਫਸਟ ਆਉਂਦਾ ਰਿਹਾ। ਇਹ ਬੱਚਾ ਗੋਡ ਗਿਫਟਡ ਆ, ਬਹੁਤ ਹੀ ਵਧੀਆ ਬੱਚਾ ਰਿਹਾ। ਅਤੇ ਨਵੋਦਿਆ ਦੇ ਵਿੱਚ ਵੀ ਜਦੋਂ ਟੈਸਟ ਇਹਦਾ ਹੋਇਆ ਅਤੇ ਇਹ ਜ਼ਿਲ੍ਹੇ ਦੇ ਵਿੱਚ ਦੂਸਰਾ ਨੰਬਰ ਪ੍ਰਾਪਤ ਕਰਕੇ ਇਹਨੇ ਉੱਥੇ ਦਾਖਲਾ ਲਿਆ। ਅਤੇ ਹੁਣ ਇਹ ਬੱਚਾ ਜਿਹੜਾ DD ਪੰਜਾਬੀ 'ਤੇ ਕਿਸਮੇ ਕਿਤਨਾ ਆਇਆ ਦਮ ਪ੍ਰੋਗਰਾਮ ਦੇ ਵਿੱਚ ਗ੍ਰੈਂਡ ਫਿਨਾਲੇ ਦੇ ਵਿੱਚ ਪਹੁੰਚਿਆ। ਅਸੀਂ ਇਸ ਬੱਚੇ ਨੂੰ ਆਪਣੇ ਵੱਲੋਂ ਸ਼ੁਭਕਾਮਨਾਵਾਂ ਭੇਟ ਕਰਦੇ ਹਾਂ। ਇਹ ਬੱਚਾ ਇਸੇ ਹੀ ਤਰ੍ਹਾਂ ਆਪਣੀਆਂ ਮੰਜ਼ਿਲਾਂ ਜਿਹੜੀਆਂ ਸਰ ਕਰਦਾ ਜਾਵੇ ਔਰ ਤਰੱਕੀ ਦੇ ਰਸਤੇ 'ਤੇ ਚੱਲੇ। ਧੰਨਵਾਦ ਜੀ। ਮੇਰਾ ਨਾਮ ਸੀਮਾ, ਮੈਂ ਸਰਕਾਰੀ ਐਲੀਮੈਂਟਰੀ ਸਕੂਲ ਢੋਲਣਵਾਲ ਦੇ ਵਿੱਚ ਐਜ਼ ਏ ਹੈੱਡ ਟੀਚਰ ਕੰਮ ਕਰ ਰਹੀ ਹਾਂ। ਜਸਪ੍ਰੀਤ ਝੂਮਰ ਸਾਡੇ ਸਕੂਲ ਦਾ ਬਹੁਤ ਹੀ ਹੋਣਹਾਰ ਬੱਚਾ ਹੈ। ਜਦੋਂ ਕਿ ਮੈਂ 2 ਕੁ ਮਹੀਨੇ 'ਤੇ ਇੱਥੇ ਜੁਆਇਨ ਕੀਤਾ, ਉਦੋਂ ਤੋਂ ਮੈਂ ਹਰ ਬੱਚੇ ਦੇ ਮੂੰਹ ਤੋਂ, ਹਰ ਟੀਚਰ ਦੇ ਮੂੰਹ ਤੋਂ ਇਸ ਬੱਚੇ ਦਾ ਹੀ ਨਾਮ ਸੁਣਿਆ ਕਿ ਇਹ ਬੱਚਾ ਜਿਹੜਾ ਸਾਡੇ ਸਕੂਲ ਦਾ ਬਹੁਤ ਸ਼ਾਨਦਾਰ ਬੱਚਾ ਹੈ। ਹਰ ਐਕਟੀਵਿਟੀ ਦੇ ਵਿੱਚ ਇਹ ਬੱਚਾ ਜਿਹੜਾ ਹਰੇਕ ਕੰਪੀਟੀਸ਼ਨ ਦੇ ਵਿੱਚ, ਕੋਈ ਵੀ ਸੈਂਟਰ ਪੱਧਰ 'ਤੇ, ਕੋਈ ਬਲੋਕ ਪੱਧਰ 'ਤੇ ਜਾਂ ਕੋਈ ਡਿਸਟ੍ਰਿਕਟ ਲੈਵਲ 'ਤੇ ਕੋਈ ਵੀ ਜੇ ਕੰਪੀਟੀਸ਼ਨ ਹੋ ਰਿਹਾ ਤਾਂ ਇਸ ਬੱਚੇ ਨੇ ਹਮੇਸ਼ਾ ਹੀ ਆਪਣੀ ਜਿਹੜੀ ਕੋਈ ਨਾ ਕੋਈ ਪੋਜੀਸ਼ਨ ਹੈਗੀ ਹੈ ਉਹ ਹਾਸਲ ਕੀਤੀ ਹੈ। ਅਤੇ ਨਵੋਦਿਆ ਸਕੂਲ ਦੇ ਵਿੱਚ ਵੀ ਇਹ ਬੱਚਾ ਜਿਹੜਾ ਬਹੁਤ ਵਧੀਆ ਆਪਣੀ ਨੰਬਰ ਲੈ ਕੇ ਇਹਨੇ ਉੱਥੇ ਆਪਣੀ ਐਡਮਿਸ਼ਨ ਲਈ ਹੈਗੀ ਹੈ। ਅਤੇ ਅੱਜ ਜਿਹੜਾ DD ਪੰਜਾਬੀ ਵੱਲੋਂ ਕਿਸਮੇ ਕਿਤਨਾ ਹੈ ਦਮ ਦੇ ਵਿੱਚ ਵੀ ਇਹ ਬੱਚਾ ਜਿਹੜਾ ਭੰਗੜੇ ਦੇ ਵਿੱਚ ਸਿਲੈਕਟ ਹੋਇਆ ਹੈ। ਅਤੇ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਬੱਚਾ ਜਿਹੜਾ ਹਮੇਸ਼ਾ ਅੱਗੇ ਅੱਗੇ ਵੱਧਦਾ ਰਹੇ ਅਤੇ ਹਰ ਤਰੱਕੀ ਹੈ ਜਿਹੜੀ ਕਰਦਾ ਰਹੇ, ਤਾਂ ਕਿ ਜਿਹੜੇ ਸਰਕਾਰੀ ਸਕੂਲ ਹੈਗੇ ਆ, ਲੋਕਾਂ ਦੀ ਜੋ ਇੱਕ ਸੋਚ ਬਣੀ ਹੋਈ ਹੈ ਕਿ ਸਰਕਾਰੀ ਸਕੂਲ ਦਾ ਬੱਚਾ ਜਿਹੜਾ ਉਹ ਇਸ ਮੁਕਾਮ 'ਤੇ ਨਹੀਂ ਪਹੁੰਚ ਸਕਦਾ, ਪਰ ਅੱਜ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਬੱਚਾ ਜਿਹੜਾ ਇੰਨੀ ਆਪਣੀ ਤਰੱਕੀ ਕਰਕੇ ਦਿਖਾਵੇ ਕਿ ਉਹ ਪ੍ਰਾਈਵੇਟ ਸਕੂਲਾਂ ਨੂੰ ਵੀ ਪਿੱਛੇ ਛੱਡ ਸਕੇ। ਸਾਡੀ ਇਹੀ ਦੁਆ ਹੈ ਕਿ ਇਹ ਬੱਚਾ ਜਿਹੜਾ ਦਿਨ ਰਾਤ ਤਰੱਕੀ ਕਰਦਾ ਜਾਏ ਅਤੇ ਸਾਡੇ ਮਾਂ ਬਾਪ ਦਾ ਅਤੇ ਸਾਡੇ ਸਕੂਲ ਦਾ ਅਤੇ ਇਸ ਪਿੰਡ ਦਾ ਜਿਹੜਾ ਨਾਮ ਹੈਗਾ ਉਹ ਰੋਸ਼ਨ ਕਰੇ। ਧੰਨਵਾਦ।
ਟੀਚਰ ਅਤੇ ਜਸਪ੍ਰੀਤ ਦੀ ਟੀਚਰ ਹਾਂ ਅਤੇ ਜਸਪ੍ਰੀਤ ਜਿਹੜਾ ਹੈ ਡਰਾਇੰਗ ਵਿੱਚ ਬਹੁਤ ਹੀ ਗੁੱਡ ਹੈ, ਇਹਦੀ ਮਤਲਬ ਆਰਟ ਡੈਕੋਰੇਸ਼ਨ ਸਕਿੱਲਸ ਬਹੁਤ ਜ਼ਿਆਦਾ ਹੀ ਵੈਲ ਪਰਫੋਰਮਡ ਹੈ ਅਤੇ ਮੈਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਬਹੁਤ ਅੱਗੇ ਜਾ ਰਿਹਾ ਹੈ, ਨਵੋਦਿਆ ਵਿੱਚ ਇਹਦਾ ਸਿਲੈਕਸ਼ਨ ਹੋ ਚੁੱਕਾ ਹੈ, ਉਹ ਵੀ ਮਤਲਬ ਸਾਡੇ ਸਕੂਲ ਦੇ ਟੀਚਰ ਸੀਗੇ ਜਿਨ੍ਹਾਂ ਨੇ ਇਹਦੀ ਪ੍ਰਿਪਰੇਸ਼ਨ ਕਰਵਾਈ, ਅਤੇ ਆਈ ਵਿਸ਼ ਹਿਮ ਬੈਸਟ ਆਫ ਲੱਕ ਫੋਰ ਦਾ ਫਿਊਚਰ। ਜਸਪ੍ਰੀਤ ਝੂੰਮਰ ਦੀ ਟੀਚਰ ਰਹੀ ਹਾਂ, ਇਹਨੂੰ ਖੁਦ ਪੜ੍ਹਾਇਆ ਅਤੇ ਜਿੱਦਾਂ ਫਸਟ ਸੈਕਿੰਡ ਕਲਾਸ ਵਿੱਚ ਇਹਨੂੰ ਮੈਂ ਪੜ੍ਹਾਉਂਦੀ ਰਹੀ ਹਾਂ ਅਤੇ ਇਹਦੇ ਅਸੀਂ ਸ਼ੁਰੂ ਤੋਂ ਹੀ ਦੇਖਦੇ ਹਾਂ ਕਿ ਇਹਦੇ ਵਿੱਚ ਬਹੁਤ ਸਾਰੀਆਂ ਕੁਸ਼ਲਤਾਵਾਂ ਆ, ਇਹਦੇ ਅੱਗੇ ਜੋ ਕੁਛ ਮਰਜ਼ੀ ਚਿੱਤਰਕਲਾ ਦਾ ਰੱਖ ਦਿਉ, ਇਹ ਉਹੀ ਸੇਮ ਟੂ ਸੇਮ ਕੀ ਆ ਬਣਾ ਕੇ ਸਾਨੂੰ ਦਿਖਾ ਸਕਦਾ ਹੈ ਅਤੇ ਇਹਦੇ ਭੰਗੜਾ ਡਾਂਸ ਹਰ ਇੱਕ ਚੀਜ਼ ਵਿੱਚ ਕੀ ਆ ਇਹ ਬਹੁਤ ਜ਼ਿਆਦਾ ਕੀ ਆ ਵਧੀਆ ਆ। ਹੁਣ ਜੋ ਪ੍ਰੋਗਰਾਮ DD ਪੰਜਾਬੀ 'ਤੇ ਚੱਲ ਰਿਹਾ ਹੈ ਕਿਸਮੇ ਕਿਤਨਾ ਹੈ ਦਮ, ਉਹਦੇ ਬਾਰੇ ਵੀ ਅਸੀਂ ਦੇਖਿਆ, ਖੁਦ ਦੇਖਿਆ ਆ ਇਹਦੀ ਪਰਫੋਰਮੈਂਸ ਅਤੇ ਹੁਣ ਸਾਡੇ ਵੱਲੋਂ ਬੈਸਟ ਵਿਸ਼ ਆ ਕਿ ਇਹ ਫਾਈਨਲ ਜਿੱਤੇ ਔਰ ਸਾਡੇ ਸਕੂਲ ਦਾ, ਸਾਡੇ ਪਿੰਡ ਦਾ ਔਰ ਆਪਣੇ ਮਾਤਾ ਪਿਤਾ ਦਾ ਔਰ ਸਾਡਾ ਨਾਮ ਰੋਸ਼ਨ ਕਰੇ। ਜੀ ਮੇਰਾ ਨਾਂ ਹੈਗਾ ਰਾਮ ਸਰੂਪ, ਮੇਰੀ ਇਹ ਹੈਗੀ ਵਾਈਫ, ਉਸਦਾ ਨਾਮ ਹੈਗਾ ਰਵਿੰਦਰ ਕੌਰ, ਇਹ ਮੇਰਾ ਵੱਡਾ ਬੱਚਾ ਜਸਪ੍ਰੀਤ ਔਰ ਇਹ ਛੋਟਾ ਲੜਕਾ ਰਾਹੁਲ ਔਰ ਛੋਟੀ ਲੜਕੀ ਜਸਪ੍ਰੀਤ। ਠੀਕ ਹੈ ਜੀ, ਅਤੇ ਮੈਂ ਆਪਣੇ ਜਸਪ੍ਰੀਤ ਲੜਕੇ ਬਾਰੇ ਦੱਸ ਰਿਹਾ ਕਿ ਇਹ ਬਚਪਨ ਦੇ ਵਿੱਚ ਬਹੁਤ ਸ਼ਰਾਰਤੀ ਸੀ, ਇਸ ਨੂੰ ਭੰਗੜਾ ਔਰ ਖੇਡ ਔਰ ਡਰਾਇੰਗ ਕਰਨ ਦਾ ਬਹੁਤ ਸ਼ੌਂਕ ਸੀਗਾ, ਇਸ ਨੂੰ ਮੈਂ ਮਤਲਬ ਇਹ ਸਮਝ ਲਓ ਵੀ ਮੈਂ ਇਸ ਨੂੰ ਰੋਕ ਰਿਹਾ ਸੀ ਇਸ ਕੰਮਾਂ ਦੇ ਵਿੱਚ, ਭੰਗੜੇ ਡਾਂਸ ਦੇ ਵਿੱਚੋਂ ਰੋਕ ਰਿਹਾ ਸੀਗਾ ਇਹਨੂੰ ਵੀ ਬੱਚਾ ਇਹ ਕੰਮ ਨਹੀਂ ਹੋ ਸਕਦੇ ਤੇਰੇ ਤੋਂ, ਤੂੰ ਇਹ ਰਹਿਣ ਦੇ ਨਹੀਂ, ਕਹਿੰਦਾ ਡੈਡੀ ਮੈਂ ਇਹ ਕੰਮ ਕਰਨੇ ਆ। ਮੈਨੂੰ ਨਵੋਦਿਆ ਸਕੂਲੇ ਪੜ੍ਹਦੇ ਇਹਦਾ ਫੋਨ ਆਇਆ, ਡੈਡੀ ਵੀ ਮੈਂ ਇਸ ਕੰਮ ਦੇ ਵਿੱਚ ਮੈਂ ਜਾ ਰਿਹਾ। ਮੈਂ ਕਿਹਾ ਬੱਚੇ ਇਹ ਕੰਮ ਨਹੀਂ ਤੇਰੇ ਕੋਲ ਹੋਣੇ, ਠੀਕ ਹੈ ਜੀ, ਇਹ ਕੰਮ ਤੇਰੇ ਕੋਲ ਨਹੀਂ ਹੋਣੇ ਹੈਗੇ। ਕਹਿੰਦਾ ਨਹੀਂ ਡੈਡੀ ਮੈਂ ਕਰਨਾ ਹੈਗਾ। ਚਲੋ ਇਹਨੂੰ ਕਾਲ ਕੀਤੀ ਮੈਨੂੰ, ਕਹਿੰਦਾ ਡੈਡੀ ਜੀ ਵੀ ਮੈਂ ਇਹ ਕੰਮ ਕਰਨੇ ਹੈਗੇ ਭੰਗੜੇ ਦੇ। ਚਲੋ ਠੀਕ ਹੈ, ਮੈਂ ਕਿਹਾ ਬੱਚੇ ਕੋਈ ਗੱਲ ਨਹੀਂ, ਤੈਨੂੰ ਪੇਮੈਂਟ ਕਰਨੀ ਚਾਹੀਦੀ ਹੈ। ਕਹਿੰਦਾ ਡੈਡੀ ਕੋਈ ਪੇਮੈਂਟ ਨਹੀਂ ਚਾਹੀਦੀ, ਮੈਨੂੰ ਫਰੀ ਹੈਗਾ ਸਾਰਾ ਕੁਝ, ਮੈਂ ਕੋਈ ਗੱਲ ਨਹੀਂ ਕਰ ਲਓ ਤੁਸੀਂ। ਠੀਕ ਹੈ ਜੀ, ਉਸ ਤੋਂ ਬਾਅਦ ਇਹਦਾ ਪਹਿਲਾ ਲੈਵਲ ਆਇਆ ਆਪਣੇ ਹੁਸ਼ਿਆਰਪੁਰ ਦੇ ਵਿੱਚ ਅਤੇ 1-2 ਘੰਟੇ ਉੱਥੇ, ਮੇਰੇ ਕੋਲ ਤਾਂ ਜਾ ਨਹੀਂ ਹੋਏਗਾ, ਮੇਰੇ ਕੋਲ ਇੰਨਾ ਟਾਈਮ ਨਹੀਂ ਸੀਗਾ। ਮੇਰੇ ਜਿਹੜੇ ਮੰਮੀ ਜੀ ਹੈ, ਇਹਨਾਂ ਦੇ ਦਾਦੀ ਲੱਗਦੇ ਆ, ਉਹੀ ਇਹਨੂੰ ਲੈ ਕੇ ਜਾਂਦੇ ਜਿੱਥੇ ਵੀ ਲੈ ਕੇ ਜਾਂਦੇ ਆ, ਮੇਰੇ ਕੋਲ ਤਾਂ ਇੰਨਾ ਟਾਈਮ ਨਹੀਂ ਹੁੰਦਾ ਹੈਗਾ। ਬਾਕੀ ਇਹ ਆ ਵੀ ਇਹ ਬੱਚਾ ਪੜ੍ਹਨ ਦੇ ਵਿੱਚ ਵੀ ਬਹੁਤ ਤੇਜ਼ ਨਿਕਲਿਆ ਔਰ ਆਪਣੇ ਨਾਲ ਦੇ ਨਾਲ ਭੰਗੜਾ ਗਾਇਕੀ ਔਰ ਡਰਾਇੰਗ ਦੇ ਵਿੱਚ ਵੀ ਬਹੁਤ ਵਧੀਆ ਕੰਮ ਕਰਦਾ ਹੈ। ਬਾਕੀ ਇਹਨੇ ਸਕੂਲ ਦੇ ਟੀਚਰ ਮੈਨੂੰ ਫੋਨ ਕਰਦੇ ਹੁੰਦੇ ਸੀ, ਸਰ ਤੁਹਾਡਾ ਬੱਚਾ ਨਾ ਮਤਲਬ ਬਹੁਤ ਅੱਗੇ ਜਾ ਰਿਹਾ। ਮੈਂ ਕਿਹਾ ਠੀਕ ਹੈ ਸਰ, ਇਹ ਤੁਹਾਡੀ ਮਿਹਰਬਾਨੀ ਆ, ਤੁਸੀਂ ਇਸ ਨੂੰ ਅੱਗੇ ਪੜ੍ਹਨ ਨੂੰ ਦੇ ਰਹੇ ਹਾਂ ਅਤੇ ਤਾਂ ਹੀ ਉਹ ਅੱਗੇ ਜਾ ਰਿਹਾ। ਬਾਕੀ ਇਹ ਹੈ ਵੀ ਇੱਕ ਦਿਨ ਇਹਦਾ ਫਿਰ ਫੋਨ ਆਇਆ ਮੈਨੂੰ, ਕਹਿੰਦਾ ਡੈਡੀ ਇਹ ਮੇਰਾ ਹੁਣ ਮਤਲਬ ਅਗਲਾ ਜਿਹੜਾ ਸਿਲੈਕਸ਼ਨ ਹੋ ਗਿਆ ਆ। ਮੈਂ ਕਿਹਾ ਚਲੋ ਠੀਕ ਹੈ ਸਰ, ਮੈਂ ਵਧੀਆ ਆ, ਬਹੁਤ ਵਧੀਆ ਗੱਲ ਹੈਗੀ ਆ। ਫਿਰ ਇੱਕ ਦਿਨ ਇਹ ਇਸਦਾ ਦੁਬਾਰਾ ਫਿਰ ਮੈਨੂੰ ਕਾਲ ਆ ਗਿਆ, ਕਹਿੰਦਾ ਡੈਡੀ ਇੱਦਾਂ ਕਰਕੇ ਉਹ ਜਗ੍ਹਾ ਆਪਾਂ ਜਾਣਾ ਹੈਗਾ ਆ, ਜਲੰਧਰ ਜਾਣਾ ਹੈਗਾ। ਮੈਂ ਕਿਹਾ ਬੇਟੇ ਮੇਰੇ ਕੋਲ ਟਾਈਮ ਹੈ ਨਹੀਂ, ਆਪਣੀ ਬੀਬੀ ਦਾ ਟੇਕੋ ਟਾਈਮ ਹੈਗਾ ਤਾਂ ਲੈ ਜਾ, ਨਹੀਂ ਤਾਂ ਮੇਰੇ ਕੋਲ ਇੰਨਾ ਟਾਈਮ ਹੈ ਨਹੀਂ ਲਿਜਾਣ ਦਾ। ਠੀਕ ਹੈ ਜੀ, ਉਸ ਤੋਂ ਬਾਅਦ ਅੱਜ ਤੱਕ ਮੈਂ ਇਸਦਾ ਨਾ ਕੋਈ ਭੰਗੜਾ
ਨਾ ਕੋਈ ਇਹਦਾ ਗਾਣਾ ਸੁਣਿਆ ਹੈਗਾ, ਮੈਨੂੰ ਨਹੀਂ ਪਤਾ ਇਹ ਕਿੱਦਾਂ ਭੰਗੜਾ ਪਾਉਂਦਾ ਕਿੱਦਾਂ ਨਹੀਂ ਪਾਉਂਦਾ ਹੈਗਾ ਆ, ਇਹ ਇਸ ਬਾਰੇ ਮੈਨੂੰ ਕੁਛ ਨਹੀਂ ਪਤਾ ਇਹਦਾ। ਜਦੋਂ ਹੁਣ ਮੈਂ ਇਹ ਫਿਲਮ ਬਣੀ ਜਾ ਰਹੀ ਹੈ, ਇਹ ਫਿਲਮ ਦੇਖ ਕੇ ਉਸ ਤੋਂ ਬਾਅਦ ਹੀ ਮੈਂ ਸਿਲੈਕਟ ਕਰੂੰਗਾ ਹਾਂ ਵੀ ਇਹਦਾ ਅੱਜ ਤੱਕ ਭੰਗੜਾ ਕਿੱਦਾਂ ਦਾ ਕਿੱਦਾਂ ਨਹੀਂ ਹੈ। ਬਚਪਨ ਦੇ ਵਿੱਚ ਇਹ ਨਿਲਤਾਂ ਬਹੁਤ ਕੀਤੀਆਂ ਹੈਗੀਆਂ, ਇਹਨੂੰ ਪ੍ਰਾਇਮਰੀ ਸਕੂਲ 'ਚ ਸਵੇਰ ਨੂੰ ਛੱਡਣ ਜਾਈਦਾ ਸੀਗਾ, ਸਵੇਰੇ ਛੱਡ ਕੇ ਆਈਦਾ ਅਤੇ ਅੱਧੇ 15 ਮਿੰਟ ਬਾਅਦ ਘਰ ਆ ਜਾਂਦਾ ਸੀ। ਡੈਡੀ ਕਹਿੰਦਾ ਮੈਂ ਨਹੀਂ ਪੜ੍ਹਨਾ ਹੈਗਾ, ਮੈਂ ਨਹੀਂ ਪੜ੍ਹਨਾ ਹੈਗਾ, ਪਰ ਜਿਹੜੀ ਸਾਡੀ ਮੰਮੀ ਆ ਇਹਦੀ ਦਾਦੀ ਜੀ ਲੱਗਦੇ ਆ, ਇਹਨੂੰ ਕੁੱਟ ਕੁੱਟ ਕੇ ਜਿੱਦਾਂ ਮਰਜ਼ੀ ਇਹਨੂੰ ਛੱਡ ਆਉਂਦੇ ਸੀਗੇ। ਇਹ ਉੱਥੇ ਰਹਿ ਲੈਂਦਾ ਸੀ ਕਿ ਨਹੀਂ ਜੀ, ਕਹਿੰਦਾ ਮੈਨੂੰ ਪ੍ਰਿੰਸੀਪਲ ਮਾਰਦੀ ਆ, ਮੈਨੂੰ ਫਲਾਨਾ ਮਾਰਦੀ ਆ, ਮੈਂ ਉੱਥੋਂ ਕੰਮ ਛੱਡ ਕੇ ਆਉਣਾ, ਮੈਂ ਪ੍ਰਿੰਸੀਪਲ ਦੇ ਨਾਲ ਵੀ ਲਾਉਣੇ ਆਉਣਾ। ਮੈਂ ਕਿਹਾ ਤੁਸੀਂ ਮੇਰੇ ਬੱਚੇ ਨੂੰ ਕਾਹਤੇ ਮਾਰਦੇ ਆ? ਉਹ ਕਹਿੰਦੇ ਅਸੀਂ ਕੁਛ ਨਹੀਂ, ਇਹਨੂੰ ਕਹਿੰਦੇ ਹੈਗੇ ਇਹ ਆਪਣੇ ਕੋਲ ਬਹਾਨੇ ਮਾਰਦਾ ਹੈਗਾ, ਚਲੋ ਬਹਾਨੇ ਮਾਰਦਾ ਹੈ। ਫਿਰ ਮੈਂ ਮੰਮੀ ਨੂੰ ਕਹਿਣਾ, ਮੰਮੀ ਰਹਿੰਦੇ ਤੁਸੀਂ ਜਾ ਪ੍ਰਿੰਸੀਪਲ ਨੂੰ ਸਮਝਾ ਕੇ ਦੱਸ ਕੇ ਇਹਨੂੰ ਹੱਥ ਨਹੀਂ ਲਾਉਣਾ ਹੈਗਾ, ਇਹਨੂੰ ਕੁੱਟਣਾ ਨਹੀਂ ਹੈਗਾ, ਪਰ ਫਿਰ ਵੀ ਮੰਮੀ ਕਹਿੰਦੀ ਕੋਈ ਨਹੀਂ, ਜਿੰਨੀਆਂ ਪੈਂਦੀਆਂ ਪੈਣ ਦੇ ਸਮਾਂ ਆਪਣੇ ਆਪ ਇਹ ਅੱਗੇ ਵਧੂਗਾ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਇੱਕ ਦਿਨ ਫਿਰ ਇਹਦਾ ਫੋਨ ਆ ਗਿਆ, ਕਹਿੰਦਾ ਡੈਡੀ ਮੈਂ ਨਵੋਦਿਆ ਸਕੂਲੇ ਸਿਲੈਕਟ ਹੋ ਗਿਆ ਹੈਗਾ ਹਾਂ, ਵੀ ਮੇਰੀ ਮਤਲਬ ਉੱਥੇ ਪੇਪਰ ਪੈ ਗਿਆ ਵੀ ਮੈਂ ਉੱਥੇ ਜਾਣਾ ਹੈਗਾ। ਮੈਂ ਕਿਹਾ ਨਹੀਂ, ਜੋ ਮਰਜ਼ੀ ਹੋ ਜਾਵੇ ਮੈਂ ਤੈਨੂੰ ਨਵੋਦਿਆ ਸਕੂਲੇ ਨਹੀਂ ਪੜ੍ਹਾਉਣਾ, ਜੋ ਮਰਜ਼ੀ ਹੋ ਜਾਵੇ ਮੈਂ ਨਵੋਦਿਆ ਸਕੂਲੇ ਨਹੀਂ ਪੜ੍ਹਾਉਣਾ, ਮੈਂ ਸਰ ਨੂੰ ਮਨਾ ਕਰ ਦੇਣਾ। ਪਰ ਨਹੀਂ, ਇਹ ਕਹਿੰਦਾ ਨਹੀਂ ਜੀ ਮੈਂ ਜਾਣਾ ਆ। ਚਲੋ ਠੀਕ ਆ, ਮਨ ਮਾਰ ਕੇ ਇਹਨੂੰ ਮੈਂ ਭੇਜ ਉੱਥੇ ਦਿੱਤਾ, ਸਕੂਲ ਦੇ ਵਿੱਚ ਭੇਜ ਦਿੱਤਾ ਹੈਗਾ, ਸਕੂਲ 'ਚ ਭੇਜਿਆ। ਉੱਥੇ ਜਾ ਕੇ ਇਹ ਕਹਿੰਦਾ ਜੀ ਮੈਂ ਇਹਦਾ ਮੈਂ ਐਡਮਿਸ਼ਨ ਕਰਾਈ, ਪੇਪਰ ਸਾਰਾ ਕੁਝ ਭਰ ਕੇ ਹੋ ਗਿਆ, ਪੇਪਰ ਭਰਿਆ ਸਾਰਾ ਕੁਝ ਹੋ ਗਿਆ। ਜਦੋਂ ਮੈਂ ਉੱਥੇ ਤੋਣ ਲੱਗਾ, ਕਹਿੰਦਾ ਡੈਡੀ 2 ਮਿੰਟ ਰੁਕ ਜਾਓ। ਮੈਂ ਕੀ ਗੱਲ ਹੋਈ? ਕਹਿੰਦਾ ਬਸ 10 ਮਿੰਟ ਰੁਕ ਜਾਓ, 10 ਮਿੰਟ ਬਾਅਦ ਚੱਲ ਜਾਓ। ਮੈਂ ਠੀਕ ਹੈ, 10 ਮਿੰਟ ਬਾਅਦ ਰੁਕ ਗਿਆ ਅਤੇ ਮੈਂ ਉੱਥੇ ਨਾ ਗੱਲਾਂ ਕਰਦਾ ਰਿਹਾ। ਮੈਂ ਕਿਹਾ ਚੱਲ ਠੀਕ ਹੈ, ਹੁਣ 10 ਮਿੰਟ ਹੋ ਗਏ ਅਤੇ ਮੈਂ ਚੱਲਾਂ। ਕਹਿੰਦਾ ਨਹੀਂ, ਮੈਂ 10 ਮਿੰਟ ਹੋਰ ਰੁਕ ਜਾਓ। ਮੈਂ ਕਿਹਾ ਚਲੋ ਠੀਕ ਹੈ, 10 ਮਿੰਟ ਹੋਰ ਰੁਕ ਜਾਂਦੇ ਹਾਂ। ਮੈਂ ਤੁਰ ਪਿਆ 10 ਮਿੰਟ ਬਾਅਦ, ਫਿਰ ਇਹਨੇ ਫੋਨ ਆ, ਕਹਿੰਦਾ ਨਹੀਂ ਡੈਡੀ 10 ਮਿੰਟ ਹੋਰ ਰੁਕੋ। ਫਿਰ ਮੈਂ ਰੁਕ ਗਿਆ। ਮੈਨੂੰ ਕਹਿੰਦਾ ਡੈਡੀ ਇੱਦਾਂ ਕਰੋ, ਆਧੀ ਦਿਹਾੜੀ ਹੈਗੀ ਆ, ਆਧੀ ਦਿਹਾੜੀ ਘਰ ਲੈ ਜਾਓ ਵੀ ਮੈਂ ਫਿਰ ਚਲਾ ਜਾਊਂਗਾ। ਮੈਂ ਕਿਹਾ ਮੇਰੀ ਗੱਲ ਸੁਣ, ਅੱਜ ਤੇਰਾ ਸਿਲੈਕਟ ਹੋਇਆ, ਤੂੰ ਕੱਲ੍ਹ ਕਹਿੰਦਾ ਫਿਰ ਮੈਨੂੰ ਕਹਿੰਦਾ ਹੈਗਾ ਵੀ ਮੈਨੂੰ ਫਿਰ ਘਰ ਲੈ ਜਾਓ। ਮੈਂ ਕਿਹਾ ਇੱਦਾਂ ਨਹੀਂ ਹੋਣੀ ਹੈਗੀ, ਅੱਜ ਤੇਰਾ ਇੱਥੇ ਸਿਲੈਕਟ ਹੋ ਗਿਆ, ਸਿਲੈਕਸ਼ਨ ਤੇਰਾ ਅੰਦਰ ਹੋ ਗਿਆ, ਹੁਣ ਤੂੰ ਇੱਥੇ ਰਿਹਾ ਕਰੂੰਗਾ। ਨਹੀਂ, ਕਹਿੰਦਾ ਡੈਡੀ ਮੈਨੂੰ ਲੈ ਜਾਓ। ਇਹਨੂੰ ਛੱਡ ਆਉਂਦਾ ਇੱਕ ਹਫ਼ਤਾ, ਇਹਨੇ ਸਵੇਰ ਨੂੰ ਸਵੇਰੇ ਉੱਥੇ ਇੱਕ ਕਾਲ ਆਉਂਦੀ ਹੁੰਦੀ ਸੀ, ਸਵੇਰ ਨੂੰ ਸਵੇਰੇ 4 ਵਜੇ ਇਹਨੇ ਠਾ ਦੇਣਾ, ਡੈਡੀ ਆਣ ਕੇ ਮੈਨੂੰ ਮਿਲ ਕੇ ਜਾਓ ਸਵੇਰੇ 4 ਵਜੇ, ਸ਼ਾਮ ਨੂੰ, ਰਾਤ ਨੂੰ, 8 ਵਜੇ, 9 ਵਜੇ ਸਾਨੂੰ ਫੋਨ ਕਰਨਾ, ਡੈਡੀ ਮੈਨੂੰ ਲੈ ਜਾਓ, ਮੈਨੂੰ ਲੈ ਜਾਓ। ਪਰ ਪਤਾ ਨਹੀਂ ਇਹਦੇ ਮਨ ਦੇ ਵਿੱਚ ਕੀ ਸੀਗਾ ਕੀ ਨਹੀਂ ਸੀ, ਪਰ ਮੈਂ ਇਹਨੂੰ ਛੋਟੇ ਹੁੰਦੇ ਤੈਨੂੰ ਇਹਨੂੰ ਕਹਿੰਦਾ ਹੁੰਦਾ ਸੀਗਾ, ਜੋ ਪ੍ਰਾਇਮਰੀ ਸਕੂਲ 'ਚ ਪੜ੍ਹਦਾ ਸੀ ਆਉਂਦਾ ਸੀ, ਆਣ ਕੇ ਘਰ ਬਹਿ ਜਾਣਾ, ਬਸ ਟੀਵੀ ਦੇਖਣਾ, ਟੀਵੀ ਦੁਆਲੇ ਲੱਗੇ ਰਹਿਣਾ। ਇਹਨੂੰ ਮੈਂ ਗਾਲਾਂ ਵੀ ਕੱਢਣੀਆਂ, ਪੰਜਾਬੀ ਦੇ ਵਿੱਚ ਇੱਦਾਂ ਕਹਿ ਦਿੰਦੇ ਆ, ਗਾਲਾਂ ਵੀ ਇਹਨੂੰ ਕੱਢਣੀਆਂ। ਮੈਂ ਇਹਨੂੰ ਇਹੀ ਕਹਿਣਾ, ਗਾਲਾਂ ਕੱਢ ਕੇ ਚਾਹੇ ਜੋ ਮਰਜ਼ੀ ਹੋ ਜਾਵੇ, ਤੈਨੂੰ ਉੱਥੇ ਨਵੋਦਿਆ ਸਕੂਲੇ ਪਾਉਣੇ ਆ, ਉੱਥੇ ਤੈਨੂੰ ਕਿਸੇ ਨਹੀਂ ਮਿਲਣ ਜਾਣਾ। ਨਹੀਂ, ਕਹਿੰਦਾ ਮੈਂ ਜਾਣਾ ਨਹੀਂ, ਤੈਨੂੰ ਨਹੀਂ ਜਾਣਾ। ਪਰ ਕੁਦਰਤੀ ਜਿੱਦਾਂ ਮੂੰਹ ਦੇ ਵਿੱਚੋਂ ਆਵਾਜ਼ ਨਿਕਲਣੀ ਸੀਗੀ, ਇਹਦਾ ਸਿਲੈਕਸ਼ਨ ਉੱਥੇ ਹੋ ਗਿਆ ਹੈਗਾ ਅਤੇ ਇਹਨੂੰ ਉੱਥੇ ਆਪਾਂ ਨਵੋਦਿਆ ਸਕੂਲੇ ਪੜ੍ਹਨ ਵਾਰ ਦਿੱਤਾ ਹੈ। ਇਸਦੀ ਉੱਥੇ ਪੜ੍ਹਾਈ ਐਜੂਕੇਸ਼ਨ ਬਹੁਤ ਹੀ ਵਧੀਆ ਚੱਲਦੀ ਪਈ ਆ ਇਸ ਟਾਈਮ ਦੇ ਉੱਤੇ। ਕੁਛ ਉੱਥੇ ਮਤਲਬ ਦਿੱਕਤ ਬਹੁਤ ਆਈ ਸੀਗੀ ਜਦੋਂ ਇਹਨੂੰ ਜ਼ਿਆਦਾ ਸਾਨੂੰ ਤੰਗ ਕਰਨਾ ਸ਼ੁਰੂ ਕਰਤਾ, ਨਹੀਂ ਜੀ ਮੈਨੂੰ ਛੁੱਟੀ ਲੈ ਜਾਓ, ਛੁੱਟੀ ਲੈ ਜਾਓ, ਮੈਨੂੰ ਘਰ ਲੈ ਜਾਓ। ਅਤੇ ਉੱਥੇ ਇੱਕ ਟੀਚਰ ਸੀਗਾ, ਉਹਨੇ ਸਾਫ਼ ਜਵਾਬ ਦਿੱਤਾ ਜੀ, ਕਹਿੰਦਾ ਭਾਅ ਜੀ ਤੁਸੀਂ ਆਪਣਾ ਐਪਲੀਕੇਸ਼ਨ ਲਿਖੋ, ਇਸ ਬੱਚੇ ਨੂੰ ਲੈ ਜਾਓ, ਇਸ ਬੱਚੇ ਨੂੰ ਅਸੀਂ ਰੱਖ ਨਹੀਂ ਸਕਦੇ। ਮੈਂ ਕਿਹਾ ਨਹੀਂ ਸਰ, ਤੁਸੀਂ ਹਫ਼ਤੇ ਦੀ ਛੁੱਟੀ ਦਿਓ, ਮੈਂ ਇਹਨੂੰ ਲੈ ਕੇ ਜਾਂਦਾ, ਇਹਨੂੰ ਮੈਂ ਘਰ ਲੈ ਜਾਂਦਾ, ਇਹਨੂੰ ਸਮਝਾਉਂਦਾ ਹੈਗਾ। ਫਿਰ ਮੈਂ ਹਫ਼ਤੇ ਬਾਅਦ ਲੈ ਕੇ ਗਿਆ ਇਹਨੂੰ, ਇੱਥੇ ਫਿਰ ਰਿਹਾ, ਇਹ ਫਿਰ ਨਹੀਂ ਇਹ ਹਫ਼ਤੇ ਬਾਅਦ ਕਹਿੰਦਾ ਚਲੋ ਕੋਈ ਨਹੀਂ ਮੈਂ ਰਹਿ ਲੂੰਗਾ। ਮਨਾਇਆ ਮਨੋਇਆ ਘਰਦਿਆਂ ਨੇ, ਮਨਾਇਆ ਤਾਇਆਂ ਚਾਚਿਆਂ ਸਾਰਿਆਂ ਨੇ, ਪਿੰਡ ਦਿਆਂ ਨੇ ਵੀ ਇਹਨੂੰ, ਇਹਦੇ ਯਾਰਾਂ ਦੋਸਤਾਂ ਨੇ ਵੀ ਕਿਹਾ, ਇਹ ਮੰਨ ਗਿਆ, ਠੀਕ ਹੈ ਰਹਿਣ ਮੰਨ। ਉਸ ਤੋਂ ਬਾਅਦ ਫਿਰ ਇਹਨੂੰ ਹਫ਼ਤੇ ਬਾਅਦ ਫਿਰ ਸਾਨੂੰ ਫੋਨ ਕਰਦਾ, ਕਹਿੰਦਾ ਡੈਡੀ ਮੈਨੂੰ ਲੈ ਜਾਓ, ਨਹੀਂ ਤਾਂ ਮੈਂ ਜੋ ਮਰਜ਼ੀ ਹੋ ਜਾਵੇ, ਮੈਂ ਕੰਧ ਟੱਪ ਕੇ ਆ ਜਾਣਾ, ਮੈਂ ਫਲਾਨਾ ਟੱਪ ਕੇ ਆ ਜਾਣਾ, ਆ ਜਾਣਾ ਹੈਗਾ ਆ। ਮੈਂ ਕੋਈ ਨਹੀਂ, ਤੂੰ ਕੰਧ ਟੱਪ ਚਾਹੇ ਜੋ ਮਰਜ਼ੀ ਦੱਸ, ਇੱਧਰੋਂ ਦਰਵਾਜ਼ਾ ਬੰਦ ਆ, ਜਿੱਥੇ ਮਰਜ਼ੀ ਜਾ ਕੇ ਰਾਤ ਰਹੀਂ। ਨਹੀਂ, ਕਹਿੰਦਾ ਮੈਂ ਘਰ ਹੀ ਰਹਿਣਾ। ਮੈਂ ਕਿਹਾ ਤੈਨੂੰ ਮੈਂ ਰਹਿਣ ਨਹੀਂ ਦਾ, ਜੋ ਮਰਜ਼ੀ ਹੋ ਜਾਵੇ, ਬਸ ਤੂੰ ਉੱਥੇ ਰਹੂੰਗਾ ਅਤੇ ਉੱਥੇ ਪੜ੍ਹਾਈ ਕਰੂੰਗਾ। ਨਹੀਂ ਡੈਡੀ, ਕਹਿੰਦਾ ਨਹੀਂ ਮੈਂ ਨਹੀਂ। ਫਿਰ ਮੈਂ ਤਾਂ ਅੱਕ ਗਿਆ ਸੀਗਾ ਇਸ ਕੰਮ ਦੇ ਉੱਤੋਂ। ਫਿਰ ਮੇਰੀ ਮਦਰ ਨੂੰ ਮੈਂ ਉਹਨੂੰ ਕਿਹਾ, ਮੈਂ ਕਿਹਾ ਹੁਣ ਤੂੰ ਹੀ ਇਹਨੂੰ ਦੇਖਣਾ, ਤੂੰ ਨਹੀਂ ਦੇਖਣਾ। ਮੇਰੀ ਮਦਰ ਸਵੇਰੇ ਤੁਰ ਕੇ ਜਾਣਾ, 1 ਕਿਲੋਮੀਟਰ 2 ਕਿਲੋਮੀਟਰ ਤੁਰ ਕੇ ਆਉਣਾ, ਫਿਰ ਇਹਨੂੰ ਸਮਝਾਉਣਾ, ਉੱਥੇ 2-2 ਘੰਟੇ ਦੇ ਕੋਲ ਬੈਠੇ ਰਹਿਣਾ, ਫਿਰ ਜਾ ਕੇ ਇਹਦਾ ਉੱਥੇ ਜਾ ਕੇ ਸਿਲੈਕਟ ਹੋਇਆ। ਬਾਕੀ ਬਚਪਨ ਦੇ ਵਿੱਚ ਤਾਂ ਇਹਨੇ ਹਿਲਤਾਂ ਬਹੁਤ ਕੀਤੀਆਂ, ਹੁਣ ਕੀ ਕੁਛ ਨਹੀਂ ਦੱਸ ਸਕਦਾ ਇਹਦੇ ਬਾਰੇ, ਹਿਲਤਾਂ ਬਹੁਤ ਕੀਤੀਆਂ। ਬਾਕੀ ਇਹ ਭੈਣ ਭਰਾ ਹੈਗੇ ਆ, 2 ਇਹ ਭਰਾ ਆ, 2 ਸਿਸਟਰ ਹੈਗੇ ਆ। ਇਹਨਾਂ ਦੀ ਆਪਸ ਵਿੱਚ ਬਣਦੀ ਤਾਂ ਹੈ ਨਹੀਂ ਹੋ, ਪਰ ਲੜਦੇ ਰਹਿੰਦੇ ਆਪਸ ਵਿੱਚ ਹੀ, ਪਰ ਪਿਆਰ ਇਹਨਾਂ ਦੇ ਬਹੁਤ ਹੈਗਾ ਆ। ਮੈਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦਾ, ਮੇਰਾ ਬੱਚਾ ਅੱਜ ਇਸ ਪਿੰਡ ਦਾ ਨਾਮ ਰੋਸ਼ਨ ਕਰ ਰਿਹਾ, ਆਉਣ ਵਾਲੇ ਟਾਈਮ 'ਚ ਪੂਰੇ
ਔਰ ਜਿਹੜਾ ਸਾਡਾ ਸਕੂਲ ਦਾ ਸਟਾਫ ਹੈਗਾ ਆ, ਸਕੂਲ ਦੇ ਪ੍ਰਿੰਸੀਪਲ ਹੈਗੇ ਆ, ਟੀਚਰ ਜਿੰਨੇ ਵੀ ਹੈਗੇ ਉਹ ਸਾਰਿਆਂ ਦੀ ਪੂਰੀ ਸਪੋਰਟ ਹੈਗੀ ਆ ਕਿ ਸਾਡਾ ਬੱਚਾ ਅੱਜ ਇਸ ਲੈਵਲ ਛੋਟੇ ਲੈਵਲ 'ਤੇ ਉੱਤਰ ਕੇ ਸਭ ਤੋਂ ਉੱਪਰਲੇ ਲੈਵਲ 'ਤੇ ਜਾ ਰਿਹਾ, ਠੀਕ ਹੈ। ਬਾਕੀ ਮੈਂ KKHD ਵਾਲਿਆਂ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਜੋ ਕਿ ਮੇਰੇ ਬੱਚੇ ਨੂੰ ਬਹੁਤ ਹੀ ਵਧੀਆ ਔਰ ਸਭ ਤੋਂ ਬੈਸਟ ਪਲੇਟਫਾਰਮ ਦਿੱਤਾ ਹੈਗਾ ਆ ਅੱਗੇ ਵਧਣ ਦਾ ਹੈ, ਔਰ ਇਹ ਸੈਮੀਫਾਈਨਲ ਵਿੱਚ ਪਹੁੰਚ ਚੁੱਕਾ ਹੈ। ਸੈਮੀਫਾਈਨਲ ਦੇ ਵਿੱਚ ਮੈਂ ਇਹੀ ਅਰਦਾਸ ਕਰਦਾ ਹਾਂ ਕਿ ਸੈਮੀਫਾਈਨਲ ਜਿੱਤ ਕੇ ਪੂਰੇ ਪਿੰਡ ਦਾ ਨਾਂ ਰੌਸ਼ਨ ਕਰੇ ਔਰ ਤਰੱਕੀ ਬਖਸ਼ਦਾ ਹਾਂ। ਬਾਕੀ ਮੇਰਾ ਬੱਚਾ ਤਾਂ ਚਲੋ ਪਰਮਾਤਮਾ ਦੀ ਦਇਆ ਹੈ, ਤਰੱਕੀ ਕਰਦਾ ਹੈ। ਮੈਨੂੰ ਇਹਦਾ ਫੋਨ ਵੀ ਆਉਣਾ ਅਤੇ ਡੈਡੀ ਇੱਦਾਂ ਕਰਕੇ ਅੱਜ ਮੇਰਾ ਸਿਲੈਕਸ਼ਨ ਹੈਗਾ ਆ। ਮੇਰਾ ਮਨ ਤਾਂ ਮਰਿਆ ਹੁੰਦਾ, ਮੈਂ ਕਿਹਾ ਮੈਂ ਤਾਂ ਦੇਖੇ ਨਹੀਂ ਇਹਨੂੰ ਕੋਈ ਭੰਗੜਾ ਕਿੱਦਾਂ ਪਾਉਂਦਾ ਕਿੱਦਾਂ ਨਹੀਂ ਪਾਉਂਦਾ। ਮੈਂ ਆਪਣੇ ਘਰ ਜਾਂਦਾ ਸਵੇਰੇ ਸਾਡੇ ਘਰ ਮੇਰੇ ਭਰਾ ਦੇ ਘਰ ਜਗ੍ਹਾ ਹੈਗੀ ਆ, ਉੱਥੇ ਇੱਕ ਅਸੀਂ ਜਗ੍ਹਾ ਬਣਾਈ ਹੈਗੀ ਆ, ਮੈਂ ਉੱਥੇ ਜਾ ਕੇ ਅਰਦਾਸ ਕਰਨੀ। ਮੈਂ ਕਿਹਾ ਬਾਬਾ ਜੀ ਸਾਡਾ ਬੱਚਾ ਹੈਗਾ ਆ, ਮੇਰੇ ਕੋਲ ਤਾਂ ਜਾ ਨਹੀਂ ਹੋਣਾ ਹੁਣ, ਤੁਸੀਂ ਇਹਨੂੰ ਦੇਖਣਾ ਆ, ਤੁਸੀਂ ਇਹਨੂੰ ਦੇਖਣਾ ਕੀ ਇਹ ਕਰਦਾ ਕੀ ਨਹੀਂ ਕਰਦਾ, ਇਹ ਤੁਹਾਨੂੰ ਪਤਾ। ਮੈਂ ਅੱਗੇ ਅਰਦਾਸ ਕਰਕੇ ਮੱਥਾ ਟੇਕ ਕੇ ਆਉਣਾ, ਸ਼ਾਮ ਨੂੰ ਆਉਂਦੇ ਜਦੋਂ ਇਹਨੇ ਮੈਨੂੰ ਫੋਨ ਕਰਨਾ, ਡੈਡੀ ਮੇਰਾ ਸਿਲੈਕਸ਼ਨ ਹੋ ਗਿਆ। ਮੈਂ ਕਿਹਾ ਚਲੋ ਬਹੁਤ ਵਧੀਆ ਹੋਇਆ, ਮੈਂ ਜਾ ਕੇ ਬਾਬਿਆਂ ਅੱਗੇ ਅਰਦਾਸ ਕੀਤੀ, ਮੱਥਾ ਟੇਕਿਆ, ਮੈਂ ਤੁਹਾਡਾ ਬੱਚਾ ਸਿਲੈਕਟ ਹੋ ਗਿਆ ਆ। ਸਾਡੇ ਸਭ ਤੋਂ ਜ਼ਿਆਦਾ ਸਾਡੇ ਘਰ ਦੇ ਵਿੱਚ ਸਾਡੇ ਘਰ ਦੀ ਜਗ੍ਹਾ ਹੈਗੀ ਆ, ਉਸ ਦੇ ਵਿੱਚ ਸਾਨੂੰ ਬਹੁਤ ਹੀ ਮਾਣ ਉਸ 'ਤੇ ਹੈਗਾ ਆ, ਜਿਹੜੀ ਕਿ ਸਾਡੀ ਅਰਦਾਸ ਬੇਨਤੀ ਦਿਨ ਰਾਤ ਜਦੋਂ ਅਰਦਾਸ ਅਸੀਂ ਕਰਦੇ ਹਾਂ ਸੁਣਦੇ ਹਾਂ, ਕੋਈ ਵੀ ਗੱਲਬਾਤ ਹੋਈ ਅਸੀਂ ਉੱਥੇ ਅਰਦਾਸ ਕਰੀਦੀ ਆ, ਔਰ ਉਸ ਤੋਂ ਹੀ ਅਸੀਂ ਅੱਗੇ ਵੱਧ ਰਹੇ ਹਾਂ। ਇਸ ਲਈ ਮੈਂ ਆਪਣੇ ਪੂਰੇ ਪਰਿਵਾਰ, ਪੂਰੇ ਪਿੰਡ ਦੇ ਸਹਿਯੋਗ, ਪੰਚਾਇਤ ਮੈਂਬਰ, ਕਮੇਟੀ ਮੈਂਬਰ, ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜੀ ਆਪਣਾ ਕੀਮਤੀ ਟਾਈਮ ਕੱਢ ਕੇ ਆਣ ਕੇ ਮੈਨੂੰ ਇੱਥੇ ਮੇਰੇ ਬੱਚੇ ਦੇ ਆ ਸਿਲੈਕਸ਼ਨ ਬਾਰੇ ਸੁਣਿਆ ਦੇਖਿਆ ਔਰ ਇਹਨਾਂ ਬਾਰੇ ਕੁਛ ਇਹਨਾਂ ਨੂੰ ਆਪਣੇ ਬਾਰੇ ਦੱਸਿਆ ਹੈਗਾ। ਬਹੁਤ ਬਹੁਤ ਧੰਨਵਾਦ ਕਰਦਾ ਪੂਰੇ ਪੰਚਾਇਤ ਮੈਂਬਰ ਔਰ ਕਮੇਟੀ ਮੈਂਬਰ, ਪੂਰੇ ਪਿੰਡ ਦਾ ਬਹੁਤ ਬਹੁਤ ਸ਼ੁਕਰੀਆ ਜੀ। ਆਹ ਦੇਖੋ ਮੇਰਾ ਜਸਪ੍ਰੀਤ, ਇਹਦੀ ਬਚਪਨ ਦੀ ਫੋਟੋ ਹੈਗੀ ਆ, ਇਹਦੀ ਸਿਸਟਰ, ਇਹ ਮੇਰਾ ਜਸਪ੍ਰੀਤ ਲੜਕਾ ਛੋਟੇ ਹੁੰਦੇ ਦੀ ਉਹਦੀ ਫੋਟੋ ਹੈਗੀ ਆ, ਠੀਕ ਹੈ ਜੀ। ਇਹ ਹੈਗੀ ਮੇਰੀ ਬੜੀ ਲੜਕੀ ਜੋ ਪਹਿਲਾਂ ਹੁਣੇ ਇੱਥੋਂ ਹੋ ਕੇ ਗਈ ਹੈ, ਆਪਣੇ ਵਚਨ ਬਾਰੇ ਦੱਸ ਕੇ ਗਈ ਹੈ, ਠੀਕ ਹੈ ਜੀ। ਅਤੇ ਇਹ ਮੇਰੀ ਵਾਈਫ ਔਰ ਮੈਂ, ਇਹ ਸਾਡੀ ਬਚਪਨ ਦੀਆਂ ਫੋਟੋਆਂ ਹੈਗੀਆਂ ਆ, ਔਰ ਇਹ ਇਸਦਾ ਸਭ ਤੋਂ ਪਹਿਲਾਂ ਜਨਮਦਿਨ ਮਨਾਇਆ ਸੀਗਾ, ਇਹ ਉਸਦਾ ਉਹ ਭੰਗੜੇ ਦੀ ਫੋਟੋ ਹੈਗੀ ਆ, ਇਹ ਮੂਵੀ ਬਣਾਈ ਹੈਗੀ ਆ, ਜੋ ਵੀ ਹੈਗਾ ਬਣਾਇਆ ਹੋਇਆ, ਕੇਕ ਕੱਟਿਆ ਗਿਆ ਹੈਗਾ। ਉਸ ਤੋਂ ਬਾਅਦ ਇਸਦੀ ਦੀਦੀ ਦਾ, ਛੋਟੀ ਦਾ, ਪ੍ਰਭਜੀਤ ਦੀਦੀ ਦਾ ਨਾਂ ਹੈਗਾ, ਉਸਦਾ ਜਨਮਦਿਨ ਮਨਾਇਆ ਗਿਆ ਸੀ, ਉਹਦੇ ਵਿੱਚ ਵੀ ਕੇਕ ਕੱਟਿਆ, ਉਸਦੇ ਵਿੱਚ ਵੀ ਹੈਗਾ, ਇਹ ਛੋਟਾ ਜਿਹਾ ਹੁੰਦਾ, ਠੀਕ ਹੈ ਜੀ। ਬਚਪਨ ਦੇ ਵਿੱਚ ਇਹਨੂੰ ਫੋਟੋ ਖਿਚਾਉਣ ਦਾ ਬਹੁਤ ਸ਼ੌਕ ਸੀਗਾ, ਇੱਦਾਂ ਫੋਟੋ ਖਿਚਾਉਂਦਾ ਹੁੰਦਾ ਸੀਗਾ, ਕਦੀ ਹੱਥ ਪਿੱਛੇ, ਕਦੀ ਉੱਕੇ ਅੱਗੇ ਕਰਦੇ। ਭੰਗੜਾ ਪਾਉਣ ਵੀ ਬਹੁਤ ਤੇਜ਼ ਹੈਗਾ ਆ। ਬਾਕੀ ਜਵਾਹਰਵਾਲ ਨਵੋਦਿਆ ਸਕੂਲ ਦੇ ਵਿੱਚ ਇਸ ਨੂੰ ਸਭ ਤੋਂ ਪਹਿਲਾਂ ਸਰਟੀਫਿਕੇਟ ਮਿਲੇ ਆ, ਪੜ੍ਹਾਈ 'ਚ ਨੰਬਰ 1A ਗ੍ਰੇਡ ਦੇ ਵਿੱਚ ਆ ਰਿਹਾ ਹੈ। ਮੈਂ ਇਹਨੂੰ ਕਿਹਾ ਸੀਗਾ, ਇੱਕ ਇਹਦਾ ਪੇਪਰ ਆਇਆ ਸੀ, ਕਹਿੰਦਾ B ਗ੍ਰੇਡ ਹੈਗਾ। ਮੈਂ ਕਿਹਾ ਜੇ ਅਗਲੀ ਵਾਰ ਤੇਰਾ B ਗ੍ਰੇਡ ਨਾ ਆਇਆ ਨਾ, ਤਾਂ ਘਰ ਨਹੀਂ, ਮੈਂ B ਗ੍ਰੇਡ ਆਇਆ ਨਾ, ਮੈਂ ਘਰ ਨਹੀਂ ਪੜ੍ਹ ਦੇਣਾ। ਅਗਰ A ਗ੍ਰੇਡ ਆਊਗਾ ਤਾਂ ਫਿਰ ਮੈਂ ਨਾ ਫੋਨ 'ਤੇ ਗੱਲ ਕਰਨੀ। ਡੈਡੀ ਹਰੇਕ ਪੇਪਰ ਦੇ ਵਿੱਚ ਮੇਰਾ A ਗ੍ਰੇਡ ਆਇਆ ਆ, ਮੈਂ ਤਾਂ ਤੈਨੂੰ ਸਿਲੈਕਸ਼ਨ ਕਰੂੰਗਾ, ਠੀਕ ਹੈ ਜੀ। ਇਹ ਸਰਟੀਫਿਕੇਟ ਹੈਗਾ ਆ। ਉਸ ਤੋਂ ਇੱਕ ਹੁਸ਼ਿਆਰਪੁਰ ਗਿਆ ਸੀਗਾ, ਆਪਣੇ ਪੁਲਿਸ ਗਰਾਊਂਡ ਦੇ ਵਿੱਚ ਗਿਆ ਸੀਗਾ, ਉਸ ਦੇ ਵਿੱਚ ਇਸਨੇ ਉੱਥੇ ਭੰਗੜਾ ਪਾ ਕੇ ਇਹ ਸਰਟੀਫਿਕੇਟ ਸਿਲੈਕਟ ਕੀਤਾ ਹੈਗਾ ਆ, ਮਾਣ ਪੱਤਰ ਇਸ ਨੂੰ ਮਿਲਿਆ ਹੈਗਾ, ਇਹ 'ਤੇ ਮੈਂ ਬਹੁਤ ਫਖਰ ਕਰਦਾ ਹੈਗਾ ਹਾਂ। ਬਾਕੀ ਸਾਡਾ ਜੋ ਚੈਨਲ ਚੱਲ ਰਿਹਾ ਹੈ KKHD, ਸਾਡਾ ਜੋ ਸ਼ੋਅ ਚੱਲ ਰਿਹਾ ਹੈ KKHD ਦਾ, ਉਹਦੇ ਵਿੱਚ ਵੀ ਇਸਨੂੰ 3rd ਅਵਾਰਡ ਦੇ ਵਿੱਚ ਇਹਨੂੰ ਇਹ ਸਰਟੀਫਿਕੇਟ ਮਿਲਿਆ ਹੈਗਾ ਆ, ਔਰ 4th ਦਾ ਇਸਨੂੰ ਸਰਟੀਫਿਕੇਟ ਅਗਲੀ ਵਾਰ ਉਹਨਾਂ ਨੂੰ ਅਨਾਊਂਸ ਕਰਨੀ ਹੈਗੀ ਆ। ਔਰ ਦੂਜੀ ਗੱਲ, ਇਹ ਡਰਾਇੰਗ ਦੇ ਵਿੱਚ ਹੀ ਸਭ ਤੋਂ ਬੈਸਟ ਮੰਨਿਆ ਜਾਂਦਾ ਹੈ ਸਕੂਲ ਦੇ ਵਿੱਚ। ਇਹਨਾਂ ਸਕੂਲ ਔਰ ਟੀਚਰ, ਪ੍ਰਿੰਸੀਪਲ ਸਾਰੇ ਕਹਿੰਦੇ ਹੈਗੇ ਆ, ਸਭ ਤੋਂ ਬੱਚਾ ਬੈਸਟ ਤੁਹਾਡਾ ਹੈਗਾ ਡਰਾਇੰਗ ਬਣਾਉਣ ਦੇ ਵਿੱਚ, ਹਰੇਕ ਕੰਮ ਦੇ ਵਿੱਚ ਨੰਬਰ 1 ਹੈਗਾ ਆ, ਹਰੇਕ ਕੰਮ ਦੇ ਵਿੱਚ ਅੱਗੇ ਆਉਣ ਵਾਲਾ ਹੈ ਬੱਚਾ ਤੁਹਾਡਾ। ਇਸ ਨੂੰ ਜਿੰਨੀ ਵੀ ਸਪੋਰਟ ਕਰ ਸਕਦੇ ਆ ਉਨੀ ਤੁਸੀਂ ਕਹਿੰਦੇ ਕਰੋ, ਔਰ ਇਸ ਨੂੰ ਉਸ ਤੋਂ ਬਾਅਦ ਸਕੂਲ ਦੇ ਵਿੱਚ ਇਹਨੂੰ ਭੰਗੜੇ ਦਾ ਵੀ ਅਵਾਰਡ ਮਿਲਿਆ ਸੀਗਾ ਪ੍ਰਾਇਮਰੀ ਸਕੂਲ ਦੇ ਵਿੱਚ। ਇਸਦਾ ਪੇਪਰ ਦੇ ਵਿੱਚ ਵੀ ਸਿਲੈਕਟ ਆਇਆ, ਅਜੀਤ ਪੇਪਰ ਦੇ ਵਿੱਚ ਵੀ ਇਹਦਾ ਆਇਆ ਸੀਗਾ, ਜੋ ਵੀ ਸੀਗਾ ਇਹਦਾ ਪ੍ਰੋਗਰਾਮ, ਉਸਦਾ ਸਾਰਾ ਕੁਝ ਉਹਦੇ ਵਿੱਚ ਆਇਆ ਹੈਗਾ। ਅਤੇ ਬਾਕੀ ਅੱਗੇ ਮੈਂ ਇਹੀ ਅਰਦਾਸ ਕਰਦਾ ਪਰਮਾਤਮਾ ਇਹਨੂੰ ਅੱਗੇ ਤੋਂ ਅੱਗੇ ਹੋਰ ਵਧਣ ਦੀ ਹਿੰਮਤ ਬਖਸ਼ੇ। ਮੇਰਾ ਨਾਮ ਰਵਿੰਦਰ ਕੌਰ, ਮੇਰੀ ਵੱਡੀ ਬੇਟੀ ਪ੍ਰਭਜੀਤ, ਛੋਟਾ ਬੇਟਾ ਜਸਪ੍ਰੀਤ, ਛੋਟੀ ਬੇਟੀ ਪ੍ਰੀਤ, ਬੇਟਾ ਰਾਹੁਲ। ਇਹ ਬੇਟਾ ਮੇਰਾ ਜਸਪ੍ਰੀਤ ਪਹਿਲਾਂ ਤੋਂ ਹੀ ਛੋਟਾ ਹੁੰਦਾ ਹੀ ਬਹੁਤ ਇਲਤ ਕਰਦਾ, ਇਲਤਾਂ ਬਹੁਤ ਕਰਦਾ ਹੁੰਦਾ ਸੀਗਾ। ਪੜ੍ਹਾਈ ਵਿੱਚ ਵਧੀਆ ਉਹਨਾਂ ਦਾ ਸੀਗਾ, ਪਹਿਲਾਂ ਜਿੱਦ ਕਰਦਾ ਦਾ ਸਕੂਲ ਨਹੀਂ ਜਾਂਦਾ, ਹੁਣ ਇਹਨੂੰ ਜਿੰਨਾ ਮਰਜ਼ੀ ਲੁਕਦੇ ਹੋਣ ਕਦੀ ਸਕੂਲ ਤੋਂ ਨਹੀਂ ਟੱਲਦਾ। ਮੈਂ ਰੱਬ ਅੱਗੇ ਇਹੀ ਅਰਦਾਸ ਕਰਦੀ ਹਾਂ ਕਿ ਮੇਰਾ ਬੇਟਾ ਪਿੰਡ ਪਜਲੇ ਜੋ ਵੀ ਜਿਹੜੀ ਛੋਤ KKHD ਪ੍ਰੋਗਰਾਮ 'ਤੇ ਆਉਂਦਾ, ਵਧੀਆ ਪਿੰਡ ਦਾ ਨਾਮ
ਘਰਦਿਆਂ ਦਾ ਨਾਮ ਸਾਰੇ ਨਾਮ ਰੋਸ਼ਨ ਕਰੇ। ਮੇਰਾ ਨਾਂ ਲਕਸ਼ਮਣ ਦਾਸ ਹੈ ਜੀ। ਮੇਰਾ ਇਹ ਪੁੱਤ ਆ, ਪੜ੍ਹਾਈ ਲਿਖਾਈ 'ਚ ਠੀਕ ਹੈ, ਹੋਰ ਪੜ੍ਹਾਈ ਲਿਖਾਈ ਦਾ ਠੀਕ ਹੈ ਜੀ। ਬਾਕੀ ਅੱਗੇ ਵੀ ਅਸੀਂ ਚਾਹੁੰਦੇ ਹਾਂ ਕਿ ਵਾਹਿਗੁਰੂ ਇਹਨੂੰ ਤਰੱਕੀ ਬਖਸ਼ੇ, ਮਾਣ ਬਖਸ਼ੇ, ਅਤੇ ਬਾਕੀ ਸਾਡਾ ਇਹਦੇ ਨਾਲ ਸਤਿਕਾਰ ਇਹਦਾ ਸਾਡੇ ਵੱਲੋਂ ਇਹਨੂੰ ਜ਼ਿਆਦਾ ਜ਼ਿਆਦਾ ਹੋਵੇ। ਭੰਗੜੇ ਤੋਂ ਇਹਨੂੰ ਪਹਿਲਾਂ ਤੋਂ ਬਹੁਤ ਸ਼ੌਂਕ ਸੀ, ਅਸੀਂ ਵੀ ਇਹਦਾ ਸਾਥ ਦਿੱਤਾ ਵੀ ਬੱਚਾ ਭੰਗੜੇ 'ਚ ਕਾਮਯਾਬ ਹੋਵੇ। ਮਿਹਨਤ ਵੀ ਬਹੁਤ ਹੈ ਜੀ, ਹਮੇਸ਼ਾ ਸਾਡਾ ਆਸ਼ੀਰਵਾਦ ਨਾਲ ਰਹੇ ਕਿ ਅੱਗੇ ਇਹ ਸਾਰੇ ਪਿੰਡ ਦਾ, ਸਾਰੇ ਪਰਿਵਾਰ ਦਾ ਨਾਂ ਰੋਸ਼ਨ ਕਰੇ। ਮੈਂ ਸਰਪੰਚ ਆਤਮਾ ਰਾਮ ਅੱਜ ਬੜੇ ਖੁਸ਼ੀ ਦਾ ਦਿਨ ਆ ਕਿ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ ਇਸ ਬੱਚੇ 'ਤੇ। ਇਹ ਸਾਡਾ ਛੋਟਾ ਭਰਾ ਵੀ ਲੱਗਦਾ, ਬਹੁਤ ਹੀ ਮਿਹਨਤੀ ਬੱਚਾ ਆ, ਪੜ੍ਹਾਈ ਦੇ ਵਿੱਚ ਵੀ ਸਕੂਲ ਦੇ ਵਿੱਚ ਬਹੁਤ ਹੀ ਇਹਨੇ ਬਹੁਤ ਹੀ ਮਿਹਨਤ ਕੀਤੀ, ਅਤੇ ਅੱਗੇ ਤੋਂ ਇਹਨਾਂ ਨੂੰ ਭੰਗੜੇ ਦਾ ਛੋਟੇ ਹੁੰਦੇ ਨੂੰ ਬੜਾ ਸ਼ੌਕ ਸੀ। ਸੋ ਹੁਣ ਮੇਰਾ ਛੋਟਾ ਵੀਰ ਫਾਈਨਲ ਵਿੱਚ ਪਹੁੰਚ ਚੁੱਕਾ, ਪਰਮਾਤਮਾ ਦੇ ਅੱਗੇ ਚਰਨਾਂ ਵਿੱਚ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਇਹਨੂੰ ਦਿਨ ਦੁੱਗਣਾ ਰਾਤ ਚੁੱਗਣੀ ਤਰੱਕੀ ਬਖਸ਼ੀ, ਹਮੇਸ਼ਾ ਅਤੇ ਮਿਹਰ ਭਰਿਆ ਤਰੱਕੀ। ਅਸੀਂ ਆਪਣੇ ਵੱਲੋਂ ਅਤੇ ਪੂਰੇ ਨਗਰ ਵੱਲੋਂ ਇਸ ਬੱਚੇ ਦਾ ਪੂਰਾ ਪੂਰਾ ਸਾਥ ਦੇਣ ਲਈ ਤਿਆਰ ਹਾਂ। ਮੈਂ ਪੰਚ ਰਵਿੰਦਰ ਕੁਮਾਰ ਜੀ, ਗ੍ਰਾਮ ਪੰਚਾਇਤ ਪਿੰਡ ਢੋਲਵਾਲ, ਔਰ ਬੜੀ ਖੁਸ਼ੀ ਹੋਈ ਕਿ ਛੋਟਾ ਜਿਹਾ ਬੱਚਾ ਜਸਪ੍ਰੀਤ ਔਰ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਲਗਨ ਹੈ, ਬਹੁਤ ਹੀ ਅੱਛੇ ਤਰੀਕੇ ਨਾਲ ਪੜ੍ਹ ਰਿਹਾ, ਔਰ ਦੂਸਰਾ ਸ਼ੌਕ ਇਹਦਾ ਭੰਗੜਾ, ਉਹ ਵੀ ਬਹੁਤ ਵਧੀਆ ਕਰ ਰਿਹਾ ਹੈ। ਸੋ ਅਸੀਂ ਸਾਰੇ ਪਿੰਡ ਵੱਲੋਂ, ਨਗਰ ਦੀ ਪੰਚਾਇਤ ਵੱਲੋਂ ਇਸ ਬੱਚੇ ਨੂੰ ਆਸ਼ੀਰਵਾਦ ਦਿੰਦੇ ਹਾਂ ਕਿ ਦਿਨ ਦੁੱਗਣੀ ਰਾਤ ਦੁੱਗਣੀ ਤਰੱਕੀ ਬਖਸ਼ੇ। ਪਰਮਿੰਦਰ ਸਿੰਘ, ਪਿੰਡ ਢੋਲਣਵਾਲ ਵੈਲਫੇਅਰ ਸੁਸਾਇਟੀ ਦਾ ਪ੍ਰੈਜੀਡੈਂਟ ਹੈ। ਇਹ ਬੱਚੇ ਨੇ ਸਾਡੇ ਪਿੰਡ ਨੂੰ ਬੜਾ ਮਾਣ ਬਖਸ਼ਿਆ ਕਿ ਜਿਹਦੇ ਵਿੱਚ ਅੱਗੇ ਸਟੈਪ ਬਾਈ ਸਟੈਪ ਪੜ੍ਹਦਾ ਹੋਇਆ ਨਾਲ ਭੰਗੜਾ ਚੱਲਦਾ, ਭੰਗੜੇ ਦੇ ਵਿੱਚ ਅੱਗੇ ਵਧਿਆ। ਇਸ ਨਾਲ ਇਸਨੇ ਆਪਣੇ ਪੇਰੈਂਟਸ ਦਾ ਕਹੀ, ਆਪਣੇ ਪਿੰਡ ਦਾ, ਆਪਣੇ ਨਗਰ ਦਾ ਨਾਮ ਰੋਸ਼ਨ ਕਰੇਗਾ। ਮੈਂ ਸੱਚੇ ਪਾਤਸ਼ਾਹ ਅੱਗੇ ਇਹੀ ਦੁਆ ਕਰਦਾ ਹਾਂ ਕਿ ਇਹ ਬੱਚਾ ਜਿਵੇਂ ਤਰੱਕੀ ਚੱਲ ਰਿਹਾ ਹੈ, ਇਸ ਤਰ੍ਹਾਂ ਸੱਚੇ ਪਾਤਸ਼ਾਹ ਇਸ 'ਤੇ ਆਸ਼ੀਰਵਾਦ ਰੱਖੇ, ਤਾਂ ਸਾਡੇ ਪਿੰਡ ਦੇ ਨਗਰ ਨੂੰ ਇਸ ਤਰ੍ਹਾਂ ਹੀ ਨਾਮ ਰੋਸ਼ਨ ਕਰਦਾ ਰਹੇ। ਮੇਰਾ ਨਾਮ ਰਾਣੀ ਹੈ ਜੀ, ਇਹ ਮੇਰੇ ਦਿਓਰ ਦਾ ਛੋਟਾ ਬੇਟਾ ਆ। ਅਸੀਂ ਤਾਂ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਜੋ ਸਾਡੇ ਖਾਨਦਾਨ ਦੇ ਵਿੱਚ ਇਸ ਬੱਚੇ ਨੇ ਸਾਡਾ ਨਾਮ ਰੋਸ਼ਨ ਕੀਤਾ ਆ, ਅਸੀਂ ਸਤਿਗੁਰ ਦੇ ਅੱਗੇ ਇਹੀ ਅਰਦਾਸ ਕਰਦੇ ਕਿ ਬੱਚਾ ਚੜ੍ਹਦੀਆਂ ਕਲਾਂ ਵਿੱਚ ਰਹੇ ਔਰ ਇਹਨੂੰ ਅੱਛੀ ਅੱਛੀ ਪੜ੍ਹਾਈ ਦੇਵੇ, ਜੋ ਇਹਦੇ ਮਨ ਦੀ ਕਾਮਨਾ ਹੈ ਉਹ ਪਰਮਾਤਮਾ ਪੂਰੀ ਕਰੇ। ਅਸੀਂ ਆਪ ਜੀ ਦੇ ਵੀ ਬਹੁਤ ਸ਼ੁਕਰਗੁਜ਼ਾਰ ਹੈ ਕਿ ਜਿਸ ਤਰ੍ਹਾਂ ਸਾਨੂੰ ਬੱਚੇ ਨੂੰ ਸਿਲੈਕਸ਼ਨ ਦਿੱਤੀ ਹੋਈ ਆ।
ਇਹ ਜਸਪ੍ਰੀਤ ਮੇਰਾ ਭਤੀਜਾ ਜੀ, ਸਾਨੂੰ ਮਾਣ ਆ ਇਹ 'ਤੇ, ਮੇਰੇ ਤਰੱਕੀ ਕੀਤੀ, ਗਿਆ ਜਿੱਤਿਆ, ਬਹੁਤ ਮਾਣ ਆ। ਘਰ ਸਾਡੇ ਆਉਂਦਾ ਆ, ਬੜਾ ਸਾਨੂੰ ਮਾਣ ਹੁੰਦਾ ਜਦੋਂ ਜਿੱਤ ਕੇ ਆਉਂਦਾ ਆ। ਪਰਮਾਤਮਾ ਅੱਗੇ ਦੁਆ ਕਰਦੇ ਹਾਂ ਵੀ ਅੱਗੇ ਵੀ ਇਹ ਤਰੱਕੀ ਕਰੇ। ਤੁਸੀਂ ਬਚਪਨ ਵਿੱਚ ਛੋਟਾ ਜਿਹਾ ਸੀ, ਸਕੂਲ ਨਹੀਂ ਜਾਂਦਾ, ਮਤਲਬ ਇਹਨੂੰ ਅਸੀਂ ਬੁੱਝ ਕੇ ਛੱਡ ਕੇ ਆਉਣਾ, ਮਤਲਬ ਸਾਨੂੰ ਅੱਜ ਬਹੁਤ ਉੱਤੇ ਮਾਣ ਆ ਕਿ ਅੱਜ ਇਹਨੇ ਇੰਨੀ ਤਰੱਕੀ ਕੀਤੀ ਆ। ਘਰ ਵੀ ਇਹੀ ਗੱਲ ਕਰੀ, ਘਰ ਵੀ ਇਹੀ ਅਸੀਂ ਗੱਲ ਕਰੀ ਦੀ ਆ ਕਿ ਸਾਨੂੰ ਬਹੁਤ ਖੁਸ਼ੀ ਆ, ਪਰਮਾਤਮਾ ਇਹਨੂੰ ਹੋਰ ਅੱਗੇ ਤਰੱਕੀ ਦੇਵੇ। ਮੇਰਾ ਨਾਮ ਮਦਨ ਲਾਲ, ਮੇਰੀ ਮਿਸਿਜ਼ ਬਲਜਿੰਦਰ ਕੌਰ, ਅਸੀਂ ਜਸਪ੍ਰੀਤ ਦੇ ਤਾਈ ਦਾ ਹੈ। ਮੇਰਾ ਨਾਮ ਬਲਜਿੰਦਰ ਕੌਰ ਹੈ, ਮੈਂ ਜਸਪ੍ਰੀਤ ਦੀ ਤਾਈ ਹਾਂ। ਜਸਪ੍ਰੀਤ ਛੋਟਾ ਹੁੰਦਾ ਮਤਲਬ ਪੜ੍ਹਾਈ ਦੇ ਵਿੱਚ ਤਾਂ ਫੈਨ ਸੀ, ਹੁਸ਼ਿਆਰ, ਮਤਲਬ ਭੰਗੜੇ ਵਿੱਚ ਸ਼ੁਰੂ ਤੋਂ ਹੀ ਜ਼ਿਆਦਾ ਹੁਸ਼ਿਆਰ ਸੀਗਾ ਜੀ। ਇਹਨਾਂ ਨੂੰ ਪਹਿਲਾਂ ਤੋਂ ਬਹੁਤ ਸ਼ੌਂਕ ਹੁੰਦਾ ਸੀ ਪਾਉਣ ਦਾ, ਪਰਮਾਤਮਾ ਇਹਨੂੰ ਇਸ ਲਾਈਨ ਦੇ ਵਿੱਚ ਇਹ ਲਿਆ ਹੈ। ਹਾਏ, ਮਾਈ ਨੇਮ ਇਜ਼ ਪ੍ਰਭ। ਇਹ ਮੇਰਾ ਭਰਾ ਆ ਛੋਟਾ ਮੇਰੇ ਤੋਂ। ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਅਸੀਂ ਲੜਦੇ ਤਾਂ ਬਹੁਤ ਹੁੰਦੇ ਸੀ, ਪਰ ਸਾਡੇ ਵਿੱਚ ਰਿਸਪੈਕਟ ਅਤੇ ਪਿਆਰ ਬਹੁਤ ਆ ਹਜੇ ਤੱਕ ਵੀ। ਮਤਲਬ ਕਿ ਇਹ ਹੁਣ ਇਸ ਜਦੋਂ ਅਸੀਂ ਇਹ ਛੋਟਾ ਹੁੰਦਾ ਸੀ ਨਾ, ਇਹਨੂੰ ਸ਼ੁਰੂ ਤੋਂ ਹੀ ਭੰਗੜੇ ਦਾ ਬਹੁਤ ਜ਼ਿਆਦਾ ਸ਼ੌਂਕ ਸੀ। ਜਦੋਂ ਤੋਂ ਇਹ ਵੱਡਾ ਹੋਇਆ, ਮਤਲਬ ਕਿ ਇਹਦੇ ਵਿੱਚ ਇੰਨੀ ਸੀ ਵੀ ਮੈਂ ਕੁਛ ਨਾ ਕੁਛ ਬਣਨਾ ਆ। ਹੁਣ ਵੀ ਇਹ ਇੰਨਾ ਟੈਲੈਂਟਿਡ ਆ ਕਿ ਇਹਦੇ ਟੀਚਰਸ ਇਹਨੂੰ ਕਹਿੰਦੇ ਆ ਵੀ ਬੱਚਾ ਹੋਵੇ ਤਾਂ ਇਹਦੇ ਵਰਗਾ। ਅਸੀਂ ਇਹ 'ਤੇ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਵੀ ਇਹ ਮੇਰਾ ਭਰਾ ਆ, ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਆ। ਥੈਂਕਸ, ਆਈ ਪ੍ਰਾਊਡ ਆਫ ਯੂ। ਮਾਈ ਬ੍ਰਦਰ, ਮੈਂ ਮੋਨਿਕਾ ਰਾਣੀ ਹਾਂ ਜੀ, ਇਹ ਮੇਰੀ ਫਰੈਂਡਸ ਦਾ ਬ੍ਰੋ ਆ। ਮੈਨੂੰ ਪ੍ਰਾਊਡ ਆ, ਮੈਂ ਪ੍ਰਾਊਡ ਕਰਦੀ ਹਾਂ ਕਿ ਮੇਰਾ ਜੀ ਮੇਰੀ ਫਰੈਂਡ ਦਾ ਜੋ ਭਰਾ ਆ ਕਿ ਉਹ ਇੱਥੇ ਤੱਕ ਪਹੁੰਚਿਆ ਆ। ਆਈ ਪ੍ਰਾਊਡ ਆਫ ਮਾਈ ਬ੍ਰਦਰ। ਮੇਰਾ ਨਾਮ ਜਸਵਿੰਦਰ ਹੈ, ਮੈਂ ਪ੍ਰਭ ਦੀ ਫਰੈਂਡ ਹਾਂ। ਮੈਨੂੰ ਬਹੁਤ ਗਰਵ ਹੈ ਕਿ ਇਹਦਾ ਭਰਾ ਇੰਨੀ ਉੱਚੀ ਸਟੇਜ 'ਤੇ ਪਹੁੰਚਿਆ ਆ। ਆਲ ਦਾ ਬੈਸਟ, ਥੈਂਕ ਯੂ। ਮੇਰਾ ਨਾਮ ਜਸਪ੍ਰੀਤ ਚੁੰਬਰ, ਇਹ ਮੇਰੀ ਵੱਡੀ ਭੈਣ ਪ੍ਰਭਜੀਤ, ਇਹ ਮੇਰੀ ਛੋਟੀ ਭੈਣ ਪ੍ਰੀਤ, ਇਹ ਮੇਰਾ ਛੋਟਾ ਭਰਾ ਰਾਹੁਲ। ਮੈਂ ਮੇਰੀ ਵੱਡੀ ਭੈਣ, ਜਦੋਂ ਆਪਾਂ ਦੋਨੋਂ ਛੋਟੇ ਹੁੰਦੇ ਸੀਗੇ ਬਹੁਤ ਲੜਦੇ ਸੀਗੇ, ਪਰ ਆਪਾਂ ਇੱਕ ਦੂਸਰੇ ਨੂੰ ਪਿਆਰ ਵੀ ਬਹੁਤ ਉਸ ਤੋਂ ਜ਼ਿਆਦਾ ਕਿੰਨਾ ਦੁੱਗਣਾ ਤਿੱਗਣਾ ਕਰਦੇ ਸੀਗੇ। ਮੈਨੂੰ ਜਦੋਂ ਵੀ ਕੋਈ ਪੜ੍ਹਾਈ ਦੇ ਵਿੱਚ ਕੋਈ ਵੀ ਰੁਕਾਵਟ ਹੁੰਦੀ ਆ, ਮੈਂ ਆਪਣੀ ਭੈਣ ਕੋਲ ਜਾਂਦਾ ਸੀਗਾ, ਮੈਂ ਆਪਣੀ ਭੈਣ ਨੂੰ ਕਹਿੰਦਾ ਸੀਗਾ ਇਹ ਸਮਝਾ, ਪਰ ਜਦੋਂ ਮੈਂ ਸਮਝਦਾ ਸ਼ਰਾਰਤਾਂ ਕਰਦਾ ਸੀਗਾ ਉਦੋਂ ਮੇਰੀ ਭੈਣ ਮੇਰੇ ਚਪੇੜਾ ਮਾਰ ਦਿੰਦੀ ਸੀਗੀ। ਪਰ ਇਹ ਜ਼ਰੂਰ ਇਹ ਕਹਿੰਦੀ ਸੀਗੀ ਜੇ ਤੂੰ ਸਮਝਣਾ ਨਾ ਤਾਂ ਇਹਨੂੰ ਕਰਕੇ ਵੀ ਦਿਖਾਉਣਾ ਕਿੱਦਾਂ ਕਰੇਗਾ, ਸਿਰਫ ਤੂੰ ਦੇਖਣ ਨਾਲ ਹੀ ਕੁਛ ਕਰ ਸਕਦਾ, ਜੇ ਤੂੰ ਆਪ ਸਮ ਕੱਢੂੰਗਾ ਤਦੇ ਤੈਨੂੰ ਕੁਛ ਹੋਊਗਾ, ਤਦੇ ਤੂੰ ਸਮਝ ਪਾਊਂਗਾ ਕਿੱਦਾਂ ਸਮ ਕਿਹੜਾ ਕੱਢਣਾ। ਮੇਰੇ ਪੜ੍ਹਾਈ ਦੇ ਵਿੱਚ ਮੇਰੀ ਵੱਡੀ ਭੈਣ ਨੇ ਬਹੁਤ ਮਦਦ ਕੀਤੀ ਆ, ਇਹ ਮੇਰੇ ਛੋਟੇ ਭੈਣ ਭਰਾ ਇਹ ਦੋਨੋਂ ਬਹੁਤ ਹੀ ਇੱਕ ਦੂਸਰੇ ਨੂੰ ਪਿਆਰ ਕਰਦੇ ਆ। ਇਹ ਮੇਰੇ ਨਾਲ ਹਰ ਟਾਈਮ ਜਦੋਂ ਵੀ ਮੈਂ ਛੁੱਟੀਆਂ ਤੋਂ ਆਉਂਦਾ ਸਾਰਿਆਂ ਨਾਲੋਂ ਪਹਿਲਾਂ ਇਹੀ ਆਣ ਕੇ ਮੈਨੂੰ ਕਹਿੰਦੇ ਆ, ਜੱਸੀ ਭਾਅ ਜੀ ਤੁਸੀਂ ਆ ਗਏ, ਕਹਿੰਦੇ ਭਾਅ ਜੀ ਤੁਸੀਂ ਹੁਣ ਤੁਸੀਂ ਮੇਰੇ ਨਾਲ ਘੁੰਮਣਾ। ਮੈਨੂੰ ਬਹੁਤ ਚਾਹਿਆ ਕਿ ਮੈਨੂੰ ਆਪਣੇ ਸਾਰੇ ਭੈਣ ਭਰਾਵਾਂ 'ਤੇ ਬਹੁਤ ਮਾਣ ਆ, ਕਿਉਂਕਿ ਇਹਦੇ ਵਰਗੇ ਭੈਣ ਭਰਾ ਦੁਨੀਆਂ ਵਿੱਚ ਕਿਤੇ ਨਹੀਂ ਲੱਭਣੇ, ਕਿਉਂਕਿ ਇਹ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਹਨ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ,
ਬੱਚੇ ਬਾਰੇ ਦੱਸ ਰਹੀ ਹਾਂ। ਇਹ ਸਾਡੇ ਸਕੂਲ ਦੇ ਵਿੱਚ ਬਹੁਤ ਵਧੀਆ ਪੜ੍ਹਦਾ ਰਿਹਾ। ਅਸੀਂ ਸਕੂਲ ਦੇ ਕਮੇਟੀ ਪਸਵਕ ਮੈਂਬਰ ਹਾਂ ਅਤੇ ਇਹ ਬੱਚਾ ਹਰ ਕੰਮ ਦੇ ਵਿੱਚ, ਪੜ੍ਹਾਈ ਦੇ ਵਿੱਚ ਵੀ, ਖੇਡਣ ਦੇ ਵਿੱਚ ਵੀ, ਔਰ ਹਰ ਕੰਮ ਦੇ ਵਿੱਚ ਵੀ ਇਹ ਜਾਣੀ ਬਹੁਤ ਵਧੀਆ ਉਤਰਿਆ ਹੈ। ਅਸੀਂ ਅੱਗੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਅੱਗੇ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਅਤੇ ਸਾਡੇ ਪਿੰਡ ਦਾ ਅਤੇ ਦੇਸ਼ ਦਾ ਨਾਂ ਰੌਸ਼ਨ ਕਰੇ। ਸਾਨੂੰ ਇਸ ਬੱਚੇ 'ਤੇ ਬਹੁਤ ਵੱਡਾ ਮਾਣ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਢੋਲਵਾਲ ਦੀ ਪੰਚ ਮੈਂਬਰ ਅੰਜੂਬਾਲਾ ਬੋਲਦੀ ਪਈ ਹਾਂ। ਇਹ ਸਾਡਾ ਬੇਟਾ ਜਸਪ੍ਰੀਤ, ਮੈਨੂੰ ਜਦੋਂ ਵੀ ਸਕੂਲ ਵਿੱਚ ਇਨਵਾਈਟ ਕਰਦੇ ਹਾਂ ਮੈਂ ਪੰਚ ਮੈਂਬਰ ਤੌਰ 'ਤੇ ਜਾਂਦੀ ਹਾਂ ਅਤੇ ਗਿੱਧੇ ਵਿੱਚ ਵੀ, ਪੜ੍ਹਾਈ ਵਿੱਚ ਵੀ ਪਹਿਲੇ ਨੰਬਰ 'ਤੇ ਆਉਂਦਾ ਹੈ ਜੀ। ਮੈਨੂੰ ਬਹੁਤ ਜ਼ਿਆਦਾ ਮਾਣ ਆ, ਸਾਡੇ ਪਿੰਡ ਦਾ ਢੋਲਾਂਵਾਲ ਦਾ ਨਾਮ ਇਹਨੇ ਰੋਸ਼ਨ ਕੀਤਾ ਜੀ, ਅਤੇ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਕਰੇ ਜੀ। ਬਾਕੀ ਜਿਹੜਾ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਕਿਸਮੈਂ ਦਮ ਵਿੱਚ ਵੀ ਇਹ ਪਹਿਲੇ ਨੰਬਰ 'ਤੇ ਆਊਗਾ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ, ਥੈਂਕ ਯੂ ਜੀ। ਮੇਰਾ ਨਾਮ ਜਸਵਿੰਦਰ ਸਿੰਘ ਜੀ, ਮੈਂ ਪਿੰਡ ਢੋਲਣਵਾਲ ਦਾ ਵਾਸੀ ਹਾਂ ਜੀ। ਠੀਕ ਹੈ ਜੀ, ਜਸਪ੍ਰੀਤ ਸਾਡਾ ਗੁਆਂਢੀ ਹੈ ਜੀ, ਮੇਰਾ ਛੋਟਾ ਭਰਾ ਵੀ ਹੈ ਜੀ। ਠੀਕ ਹੈ ਜੀ, ਇਹ ਪਿੰਡ ਪ੍ਰਾਇਮਰੀ ਸਕੂਲ 'ਚ ਪੜ੍ਹਦਾ ਸੀਗਾ, ਵਧੀਆ ਪੜ੍ਹਨ 'ਚ ਸੀਗਾ, ਇੱਥੇ ਸਿਲੈਕਟ ਹੋਇਆ, ਸਿਲੈਕਟ ਹੋ ਕੇ ਨਵੋਦਿਆ ਵਿਦਿਆਲਿਆ ਸਕੂਲ ਗਿਆ। ਉੱਥੇ ਜਾ ਕੇ ਕਾਫੀ ਚੇਂਜ ਆਏ ਇਹਦੇ ਵਿੱਚ, ਇੱਥੇ ਪਹਿਲਾਂ ਸਿੰਪਲ ਹੀ ਸੀਗਾ, ਉੱਥੇ ਜਾ ਕੇ ਇਹਦੀ ਐਕਟੀਵਿਟੀ ਵਧੀਆ, ਸ਼ਾਇਦ ਉੱਧਰਲੇ ਟੀਚਰਾਂ ਨੇ ਇਹਦੀ ਮਤਲਬ ਕਿ ਅੰਦਰਲੀ ਕਾਬਲੀਅਤ ਪਹਿਚਾਣੀ। ਇਹ ਭੰਗੜੇ ਵਿੱਚ ਬਹੁਤ ਬੈਸਟ ਅੱਗੇ ਜਾ ਰਿਹਾ, ਇਹ ਜਦੋਂ ਵੀ ਛੁੱਟੀ ਆਉਂਦਾ ਆ ਇਹਨੂੰ ਸ਼ੌਂਕ ਦੋ ਤਿੰਨ ਹੈਗੇ ਜੀ, ਜ਼ਿਆਦਾ ਗਾਣੇ ਸੁਣਦਾ, ਟੀ ਵੀ ਦੇਖਦਾ, ਜਾਂ ਫਿਰ ਸਾਈਕਲ 'ਚ ਚਲਾਉਂਦਾ ਰਹਿੰਦਾ, ਪਿੰਡ ਵਿੱਚ ਘੁੰਮਦਾ ਰਹਿੰਦਾ ਆ। ਅਤੇ ਪੜ੍ਹਨ ਲਿਖਣ ਦੇ ਵਿੱਚ, ਬਾਕੀ ਬੋਲਣ ਚੱਲਣ 'ਚ ਬਹੁਤ ਵਧੀਆ ਯਾਰ, ਇਹਨੂੰ ਬੋਲਣ ਦਾ ਬਹੁਤ ਪਤਾ, ਵਧੀਆ ਤਰੀਕੇ ਨਾਲ ਗੱਲਬਾਤ ਕਰਦਾ। ਬਾਕੀ ਸ਼ਰਾਰਤੀ ਸੀਗਾ ਪਹਿਲਾਂ, ਪਰ ਜਦੋਂ ਦਾ ਨਵੋਦਿਆ ਸਕੂਲ ਗਿਆ ਹੁਣ ਕਾਫੀ ਸੁਧਾਰ ਹੋ ਗਿਆ ਇਹਦੇ 'ਚ ਜੀ। ਅਤੇ ਅਸੀਂ ਆਸ ਕਰਦੇ ਹਾਂ ਕਿ ਰੱਬ ਇਹਨੂੰ ਉੱਚੀਆਂ ਬੁਲੰਦੀਆਂ ਤੱਕ ਲਿਜਾਵੇ ਅਤੇ ਸਾਡੇ ਪਿੰਡ ਦਾ ਨਾਮ ਰੋਸ਼ਨ ਕਰੇ। ਅਤੇ ਪਹਿਲਾ ਲੜਕਾ ਸਾਡੇ ਪਿੰਡ 'ਚ ਜਿਹਨੇ ਮਤਲਬ ਕਿ ਇਹ ਫਸਟ ਪ੍ਰੋਗਰਾਮ ਹੋ ਰਿਹਾ ਸਾਡੇ ਪਿੰਡ, ਜਿਹੜਾ ਇਹ ਲੜਕੇ ਕਰਕੇ ਹੋ ਰਿਹਾ ਹੈ। ਅੱਜ ਤੱਕ ਕੋਈ ਵੀ ਨਹੀਂ ਇਸ ਤਰ੍ਹਾਂ ਬੱਚੇ ਨੇ ਕਿ ਕਾਬਲੀ ਦਿਖਾਈ, ਅਤੇ ਸਾਨੂੰ ਲੱਗਦਾ ਕਿ ਬਹੁਤ ਵੱਡੇ ਮੁਕਾਮ 'ਤੇ ਪਹੁੰਚੂਗਾ ਜੀ। ਅਤੇ ਅਸੀਂ ਕਿਸਮੇ ਦਮ ਪ੍ਰੋਗਰਾਮ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਲੜਕੇ ਨੂੰ ਮੌਕਾ ਦਿੱਤਾ ਇਸ ਪ੍ਰੋਗਰਾਮ ਵਿੱਚ। ਅਤੇ ਸਾਨੂੰ ਪੂਰੀ ਆਸ ਹੈ ਕਿ ਇੱਕ ਫਾਈਨਲ ਵਿੱਚ ਵੀ ਇਹ ਕਲੀਅਰ ਕਰੂੰਗਾ ਜੀ ਅਤੇ ਫਸਟ ਪੋਜੀਸ਼ਨ 'ਤੇ ਆਊਂਗਾ ਜੀ। ਥੈਂਕ ਯੂ ਜੀ। ਟੇਕੇਗੀ ਤੂੰ ਮੱਥੇ ਬੜੇ ਰੱਬ ਨੂੰ ਕਿ